ਕੇਵਲ ਨਾਮ ਸਾਰੇ ਬੋਲੋ ਸਾਰੇ ਜੋੜੋ ਸਾਰੇ ਸਿਰ ਨਵਾਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਹਰ ਬੀਬੀ ਭੈਣ ਵੀਰ ਗੁਰਸਿੱਖ ਪਿਆਰਾ ਸਿਰ ਨਵਾਓ ਸਿਰ ਨਵਾ ਕੇ ਸਾਰੇ ਪੜੋ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਗਨੀਮਲ ਸ਼ਿਕਸ਼ਤੇ ਗਰੀਬਲ ਪਰਸਤੇ ਬਿਲੰਦਲ ਮਕਾਨੇ ਜ਼ਮੀਨ ਉਲ ਜ਼ਮਾਨੇ ਸਰਬ ਕਲਾ ਸਮਰੱਥ ਰਾਜਾਨ ਰਾਜ
ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸਤ ਕਾ ਢਬ ਥਾ ਨਸ਼ਟ ਜਗ ਭ੍ਰਿਸ਼ਟ ਹੋਏ ਜਗ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਗੁਰ ਵੱਡ ਜਦੋਂ ਤੁਸੀਂ ਇਹ ਪੜ੍ਹੋਗੇ ਨਾ ਮੇਰੇ ਵੀਰ ਭੈਣ ਭਰਾ ਉਦੋਂ ਚੇਤਾ ਰੱਖਿਓ ਵੀ ਇਹ ਸ਼ਬਦ ਤੁਸੀਂ ਗੁਰੂ ਗ੍ਰੰਥ ਸਾਹਿਬ ਲਈ ਪੜ੍ਹ ਰਹੇ ਹੋ ਜਦੋਂ ਇਹ ਸ਼ਬਦ ਪੜ੍ਹਦੇ ਹੋ ਵੀ ਐਸਾ ਗੁਰ ਵੱਡ ਭਾਗੀ ਪਾਇਆ ਅਤੇ ਐਸੇ ਦੇ ਸਾਹਮਣਾ ਸ਼ਬਦ ਹੈ ਕੈਸਾ ਨਹੀਂ ਪਕੜ ਰਹੇ ਜਦੋਂ ਕੋਈ ਕਹੇ ਵੀ ਐਸਾ ਗੁਰੂ ਅਤੇ ਅਗਲਾ ਪੁੱਛਦਾ ਹੀ ਆ ਕੈਸਾ ਅਤੇ ਫਿਰ ਕੈਸੇ ਦੀ ਫੋਟੋ ਬਣਾਇਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕੀ ਪਰ ਉਪਕਾਰ ਕੀਤਾ ਜੀ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਰਾਮ ਕਹੋ ਚਿਤ ਲਾਏ ਰਾਮ ਕਹੋ ਚਿਤ ਲਾਏ ਰਾਮ ਆ ਦੱਸਿਆ ਜਪੋ ਤਾਂ ਇੱਕੋ ਨਾਮ ਜਪੋ ਤਾਂ ਇੱਕੋ ਨਾਮ ਜਪੋ ਗੁਰ ਵੱਡ ਭਾਗੀ ਪਾਇਆ ਗੁਰ ਵੱਡ ਭਾਗੀ ਪਾਇਆ ਗੁਰ ਐਸਾ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਐਸਾ ਫਖਰ ਕਰਿਓ ਵੀ ਤੁਹਾਡੇ ਅਤੇ ਮੇਰੇ ਗੁਰੂ ਨੇ ਧਾਗਾ ਪਾਉਣ ਨੂੰ ਨਹੀਂ ਕਿਹਾ ਆਖੋ ਵਾਹਿਗੁਰੂ ਕੀ ਪਾਉਣ ਨੂੰ ਕੋਈ ਮੌਲੀ ਲੈਣ ਨੂੰ ਤੁਹਾਡੇ ਅਤੇ ਮੇਰੇ ਸਤਿਗੁਰੂ ਨੇ ਨਹੀਂ ਕਿਹਾ
ਇੱਥੋਂ ਤੱਕ ਵੀ ਬਾਹੋਂ ਫੜ ਕੇ ਇਹ ਗੱਲ ਸਮਝਾਈ, ਦੁਬਧਾ ਨਾ ਪੜੋ, ਹਰਬੇ ਨੂੰ ਹੋਰ ਨਾ ਪੂਜੋ। ਵੇਖੋ ਕਿੰਨਾ ਪਿਆਰਾ ਸਤਿਗੁਰੂ ਹੈ। ਬਲਹਾਰ ਜਾਵਾਂ ਐਸੇ ਸਤਿਗੁਰੂ ਦੇ ਜਿਹਨੇ ਸਿੱਖ ਨੂੰ ਤੁਰਨਾ ਸਿਖਾਇਆ। ਆਖੋ ਵਾਹਿਗੁਰੂ। ਉਹ ਬਾਪ ਹੁੰਦਾ ਹੈ ਜਿਹੜਾ ਬੱਚੇ ਨੂੰ ਬਾਹੋਂ ਫੜ ਕੇ ਅਤੇ ਬੱਚਿਆਂ ਵਾਂਗ ਤੁਰਨਾ ਸਿਖਾਇਆ ਵੀ ਪੁੱਤ ਦੋ ਸ਼ਬਦ ਨੇ, ਇੱਕ ਪ੍ਰਸਤ ਹੋਣਾ ਅਤੇ ਦੁਬਧਾ 'ਚ ਪੈ ਜਾਣਾ। ਸਾਰਾ ਸੰਸਾਰ ਅੱਜ ਦੁਬਧਾ ਵਿੱਚ ਪਿਆ ਹੈ। ਪੂਜੀਏ ਅਤੇ ਪੂਜੀਏ ਕਿਹਨੂੰ, ਜੁੜੀਏ ਅਤੇ ਕਿਹਦੇ ਨਾਲ ਜੁੜੀਏ। ਇੱਕੋ ਬੰਦ ਕਰ ਦਿਓ। ਆਖੋ ਵਾਹਿਗੁਰੂ। ਸਤਿਗੁਰੂ ਨੇ ਇਸ ਗੱਲ 'ਤੇ ਬੜਾ ਜ਼ੋਰ ਦਿੱਤਾ ਵੀ ਦੁਬਧਾ ਨਾ ਪੜੋ। ਅਰਥ ਆਉਂਦਾ ਜੇ ਕਿ ਨਹੀਂ ਇਹਦਾ? ਗੁਰੂ ਕੇ ਸਿੱਖੋ, ਮੇਰੀ ਹੱਥ ਜੋੜ ਕੇ ਬੇਨਤੀ ਆ, ਇਹ ਨਾ ਸੋਚੋ ਵੀ ਮੈਂ ਕਿ ਹੋਊਆ ਵਾਂ ਜਾਂ ਤੁਸੀਂ ਹੋਊਆ ਜੇ। ਆਪਾਂ ਇੱਕ ਪਰਿਵਾਰ ਦੇ ਜੀ ਹਾਂ, ਸਾਡਾ ਬਾਪ ਇੱਕ ਆ, ਮਾਂ ਇੱਕ ਆ, ਪਰਿਵਾਰ ਇੱਕ ਆ। ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ, ਬੋਲੋ ਨਾ, ਪਿਤਾ ਦਾ ਨਾਮ ਗੁਰੂ, ਅਤੇ ਮਾਤਾ ਦਾ ਨਾਮ ਮਾਤਾ। ਫਿਰ ਡਰਦੇ ਕਿਉਂ ਇੱਕ ਦੂਸਰੇ ਕੋਲੋਂ? ਅੱਖ ਚੱਕ ਕਿਉਂ ਨਹੀਂ ਪਾਉਂਦੇ? ਅੱਖ ਚੱਕ ਪਾ ਕੇ ਗੱਲ ਕਰੋ ਵੀ ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਕਿਹਾ ਵੀ ਦੁਬਧਾ 'ਚ ਨਹੀਂ ਪੈਣਾ। ਇੱਕੋ ਹੈ ਭਾਈ, ਇੱਕ ਪ੍ਰਸਤ, ਇੱਕ ਪ੍ਰਸਤ, ਇੱਕੋ ਏਕ, ਏਕ ਬਖਾਨੇ। ਜਿਹਨੇ ਇੱਕ ਇੱਕ ਕਹਿਣਾ ਸ਼ੁਰੂ ਕਰ ਦਿੰਦਾ ਨਾ, ਉਹ ਇੱਕੋ ਹੀ ਆ, ਉਹ ਇੱਕੋ ਹੀ ਆ, ਉਹ ਇੱਕੋ ਹੀ ਆ। ਪਕੜਿਓ ਜਰਾ, ਉਹ ਇੱਕੋ ਹੀ ਆ, ਉਹ ਇੱਕੋ ਹੀ ਆ। ਜਿਹਨੇ ਇੰਨਾ ਕਹਿਣਾ ਸ਼ੁਰੂ ਕਰਤਾ, ਪਤਾ ਕੀ ਮਿਲਿਆ ਉਹਨੂੰ? ਆਖੋ ਵਾਹਿਗੁਰੂ। ਆਤਮਾ ਸਿੰਘ ਤੁਸੀਂ ਕਿੱਧਰ ਚਲੇ ਗਏ? ਜਿਹਨੇ ਇੱਕ ਇੱਕ ਕਹਿਣਾ ਸ਼ੁਰੂ ਕਰਤਾ ਵੀ ਉਹ ਇੱਕ ਹੀ ਆ ਅਤੇ ਇੱਕ ਨੂੰ ਮੰਨਣਾ। ਜਿਹਦੇ ਅੰਦਰ ਇਹ ਕਿੱਲਾ ਠੁੱਕ ਗਿਆ, ਉਹਦੇ ਅੱਗੇ ਗੁਰੂ ਅਰਜਨ ਦੇਵ ਸਾਹਿਬ ਨੇ ਸੁਖਮਨੀ 'ਚ ਲਿਖਿਆ, ਇੱਤ ਉੱਤ ਕੀ ਹੋ। ਮਗਰ ਕਿੰਨੇ? ਜਿਹਨੇ ਇੱਕੋ ਏਕ, ਏਕ ਬਖਾਨਾ, ਜਿਹੜਾ ਕਹੂਗਾ ਵੀ ਇੱਕ, ਆਖੋ ਵਾਹਿਗੁਰੂ, ਉੱਠੂਗਾ ਵੀ ਇੱਕ ਵਜੇ ਅਤੇ ਅਰਾਧਨਾ ਵੀ ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ, ਸਾਰੇ ਸਾਰੇ ਭਾਗਾਂ ਵਾਲਿਓ, ਸ਼ਹੀਦਾਂ ਦੇ ਦਿਨ 'ਤੇ ਆਇਓ। ਵਾਹਿਗੁਰੂ 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 ਇੱਕ ਦੀ ਅਰਾਧਨਾ। ਵਾਹਿਗੁਰੂ 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 ਜੁੜੋ 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 ਜੁੜੋ। ਵਿੱਚ ਬੈਠੇ ਬਾਪੂ ਜੀ ਖੁਸ਼ ਹੋਣ ਡੇ।
ਵਾਹਿਗੁਰੂ 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 ਜੀਓ ਇੱਕ ਦੀ ਆਰਾਧਨਾ ਵਾਹਿਗੁਰੂ 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 ਕਰ ਲਓ ਵੀ ਕਰ ਲਓ ਇੱਥੋਂ ਉੱਥੋਂ ਦਾ ਪਤਾ ਲੱਗ ਜੂ ਸਾਰਾ ਹੀ ਇੱਥੋਂ ਦੀ ਖਬਰ ਨਹੀਂ ਅੱਗੇ ਦੀ ਵੀ ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸ੍ਰੀ ਸੁਖਮਨੀ ਸਾਹਿਬ ਵਿੱਚੋਂ ਤੁਸੀਂ ਦਰਸ਼ਨ ਕਰੋਗੇ ਨਾ, ਇੱਕ ਤਾਂ ਬੜਾ ਹੀ ਹੋਰ ਦਿੱਤਾ ਜੇ, ਇੱਕੋ ਜਪ ਆਉਂਦੀ ਬਾਣੀ ਸੁਖਮਨੀ ਸਾਹਿਬ ਬਹੁਤ ਸਾਰਿਆਂ ਨੂੰ ਬੋਲੋ ਨਾ ਗੁਰੂ ਕੇ ਸਿੱਖੋ, ਇੱਕੋ ਜਪ ਇੱਕੋ ਸਲਾਹ। ਇੱਕ ਤਾਂ ਇਸ ਤਰ੍ਹਾਂ ਲਿਖਿਆ, ਜੇ ਸਲਾਹ ਵੀ ਕਰਨੀ ਹੈ ਤਾਂ ਦਸਾਂ ਬੰਦਿਆਂ ਦੀ ਨਾ ਕਰੀ, 33 ਕਰੋੜ ਦੇਵੀ ਦੇਵਤਿਆਂ ਦੀ ਨਾ ਕਰੀ, ਮੁਬਾਰਕ ਹੋਣਗੇ। ਆਖੋ ਵਾਹਿਗੁਰੂ, ਜਿਹੜੇ ਉਹਨਾਂ ਨੂੰ ਮੰਨਦੇ ਉਹਨਾਂ ਲਈ ਉਹ ਮੁਬਾਰਕ ਹੋਣਗੇ। ਮਗਰ ਤੂੰ ਜੇ ਸਿਫਤ ਕਰਨੀ ਹੈ ਤੇ ਇੱਕ ਦੀ ਕਰੀ, ਐਵੇਂ ਨਾ ਕਿਤੇ ਸਿਫਤਾਂ ਵੀ ਕਰਨ ਲੱਗ ਪਈ, ਫਲਾਣਾ ਵੀ ਚੰਗਾ ਫਲਾਣਾ, ਇੱਕੋ ਹੀ ਚੰਗਾ ਹੈ, ਇੱਕੋ ਹੀ ਹੈ ਜਿਹਨੂੰ ਕਹਿੰਦੇ ਹੁਸਨਲ ਵਜ਼ੂ ਹੈ, ਤਮਾਮਲ ਰਜ਼ੂ ਹੈ, ਜਿਹੜਾ ਹੁਸਨ ਦਾ ਵਜੂਦ ਹੈ ਅਕਾਲ ਪੁਰਖ, ਜਿਹਦੀ ਖਬਰ ਦੇਣ ਵਾਲਾ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਖ ਵਾਹਿਗੁਰੂ, ਜਿਹਦੀ ਖਬਰ ਦੇਣ ਵਾਲਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਅਕਾਲ ਪੁਰਖ ਅਗੰਮੀ ਜੋਤ ਹੈ, ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੁਬਾਰਕ ਕਲਮ ਨੇ ਲਿਖਿਆ, ਹੁਸਨਲ ਵਜ਼ੂ, ਵਜ਼ੂ ਮਣੇ ਵਜ਼ੂਦ, ਤੇਰਾ ਵਜੂਦ ਬੜਾ ਹੁਸਨ ਵਾਲਾ ਹੈ। ਜੇ ਕਦੀ ਉਹਦੀ ਤੁਸੀਂ ਪੂਰੀ ਤਸਵੀਰ ਨਿਰੂਪਮ ਕਰੋਗੇ ਤਾਂ ਸੱਚੀ ਮੁੱਚੀ ਤੁਹਾਨੂੰ ਉਹਦੇ ਵਿੱਚੋਂ ਨਿਕਲ ਕੇ ਦਿਸੂਗਾ, ਆਹ ਮੇਰਾ ਬਾਬਾ ਜਿਹਦੇ ਸਿਰ 'ਤੇ ਚੌਰ ਹੋ ਰਿਹਾ ਹੈ, ਮਹਾਰਾਜ ਇਹਦਾ ਤਾਂ ਸਰੀਰ ਕੋਈ ਨਹੀਂ ਹੁਸਨ 'ਚ ਕਿਸ ਤਰ੍ਹਾਂ ਹੈ। ਅੱਖ ਵਾਹਿਗੁਰੂ, ਮਹਾਰਾਜ ਇਹਦਾ ਤਾਂ ਨੱਕ ਹੈ ਨਹੀਂ, ਇਹਦੇ ਕੰਨ ਹੈ ਨਹੀਂ, ਇਹਦੇ ਹੱਥ ਹੈ ਨਹੀਂ, ਅਤੇ ਸੁੰਦਰ ਕਿਸ ਤਰ੍ਹਾਂ ਹੈ। ਬੰਦਾ ਨੱਕ ਕਰਕੇ ਸੁੰਦਰ ਨਹੀਂ ਹੁੰਦਾ, ਬੰਦਾ ਕੰਨ ਕਰਕੇ ਸੁੰਦਰ ਨਹੀਂ ਹੁੰਦਾ, ਬੰਦਾ ਹੁੰਦਾ ਵਿਚਾਰਾਂ ਕਰਕੇ ਸੁੰਦਰ। ਆਖੋ ਵਾਹਿਗੁਰੂ, ਕਾਹਦੇ ਕਰਕੇ? ਅਤੇ ਵਿਚਾਰ ਮੇਰੇ ਬਾਬੇ ਵਰਗੇ, ਸਾਹਿਬ ਗੁਰੂ ਗ੍ਰੰਥ ਸਾਹਿਬ ਵਰਗੇ, ਸ੍ਰਿਸ਼ਟੀ 'ਤੇ ਕਿਸੇ ਦੇ ਇਹੋ ਜਿਹੇ ਵਿਚਾਰ ਨਹੀਂ। ਕਿਸੇ ਨੇ ਕਿਹਾ ਮੁਸਲਮਾਨ ਚੰਗਾ, ਉਹਨੇ ਹਿੰਦੂ ਨੂੰ ਚੰਗਾ ਨਹੀਂ ਕਿਹਾ। ਆਖੋ ਵਾਹਿਗੁਰੂ, ਕਿਸੇ ਨੇ ਕਿਹਾ ਹਿੰਦੂ ਚੰਗਾ ਹੈ, ਉਹਨਾਂ ਨੇ ਮੁਸਲਮਾਨ ਨੂੰ ਚੰਗਾ ਨਹੀਂ ਆਖਿਆ। ਇਹ ਮੇਰਾ ਬਾਬਾ ਪੁਕਾਰਿਆ, ਅਵਲ ਅੱਲਾ ਨੂਰ ਅਪਾਇਆ, ਕੁਦਰਤ ਕੇ ਝੂਮ ਝੂਮ ਕੇ, ਅਵਲ ਅੱਲਾ ਨੂਰ
ਪਾਇਆ ਕੁਦਰਤ। ਅਜੇ ਕਲੇਜੇ ਚੋਂ ਨਹੀਂ ਨਿਕਲਿਆ, ਕਲੇਜੇ ਚੋਂ ਆਪਾਂ ਝਗੜੇ ਮਿਟਾਉਣੇ ਨੇ, ਕਲੇਜੇ ਚੋਂ ਕੱਢੋ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ, ਉੱਚੀ ਉੱਚੀ ਬੋਲੋ ਕੁਦਰਤ ਕੇ, ਇੱਕ ਨੂਰ ਤੇ ਸਭ ਜਗ ਉਪਜਿਆ। ਹੋਏ ਉਹਨੂੰ ਉਹਨੂੰ ਬੁਰਾ ਕਹਿਣ ਵਾਲੇ ਹੋ, ਮੇਰੇ ਬਾਬੇ ਦੇ ਵਿਚਾਰ ਸੁਣੋ। ਕੌਣ ਭਲੇ ਕੋ ਮੰਦੇ ਲੋਗਾ, ਭਰਮ ਨਾ ਭੁੱਲੋ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ। ਉਹ ਲੋਕੋ ਸੁਣੋ ਮੇਰੇ ਬਾਬੇ ਦੀ ਆਵਾਜ਼, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਿਛ ਪੋਚ ਕੁੰਭਾਰੇ। ਸੁੰਦਰ ਹੁੰਦੇ ਬੰਦੇ ਦੇ ਗੁਣ, ਤੇ ਗੁਣਾਂ ਵਿੱਚ ਜਿੰਨਾ ਸੁੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸ੍ਰਿਸ਼ਟੀ ਤੇ ਹੈਗੇ ਆ ਨਾ। ਆਖੋ ਵਾਹਿਗੁਰੂ। UNO ਦੇ ਵਿੱਚ ਇੱਕ ਮਤਾ ਪਾਸ ਹੋਇਆ ਵੀ ਜੇ ਕਦੀ ਸਾਰੀ ਸ੍ਰਿਸ਼ਟੀ ਨੂੰ ਤੁਸੀਂ ਇੱਕ ਮਾਲਾ 'ਚ ਪਰੋਣਾ ਚਾਹੁੰਦੇ ਹੋ ਤੇ ਸਾਰੀ ਸ੍ਰਿਸ਼ਟੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਨੇ ਪੈਣੇ। ਜੇ ਸਾਰੀ ਸ੍ਰਿਸ਼ਟੀ ਨੂੰ ਇੱਕ ਮਾਲਾ 'ਚ ਤੁਸੀਂ ਪਰਾਉਣਾ ਹੈ, ਇੱਕ ਧਾਗੇ ਦੇ ਦੁਆਲੇ ਸਾਰਿਆਂ ਨੂੰ ਘੁਮਾਉਣਾ ਹੈ, ਤੇ ਆਹ ਗੱਲ ਤੁਹਾਨੂੰ ਪੜ੍ਹਨੀ ਪੈਣੀ ਹੈ। ਇੱਕ ਮੂਰਤ ਅਨੇਕ ਦਰਸ਼ਨ ਕੀ ਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰ ਏਕ। ਇੱਕੋ ਜਪ ਇੱਕੋ ਸਲਾਹ, ਕਰੋ ਹਾਂ ਕਿਰਪਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਹ ਮੀਂਹ ਪਾ ਦੋ ਮੀਂਹ, ਵਿਲਕਦੀ ਪਬਲਿਕ ਦੇ ਉੱਤੇ ਮਨੁੱਖਤਾ ਤੇ ਮੀਂਹ ਪਾ ਦੋ ਗੁਰੂ ਕੇ ਸਿੱਖੋ। ਵਾਹਿਗੁਰੂ 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 ਵਾਹਿਗੁਰੂ। ਆਪਣੇ ਆਪ ਤੇ ਵੀ ਪਾਇਓ, ਬਾਹਰ ਨਾ ਭੱਜੇ ਫਿਰਿਓ। ਵਾਹਿਗੁਰੂ 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 ਵਾਹਿਗੁਰੂ। ਜਿਉਂਦੇ ਰਹੋ। ਜੁੜੋ ਸਤਨਾਮ ਸ੍ਰੀ ਵਾਹਿਗੁਰੂ। ਬਾਪੂ ਦਾ ਇੱਕ ਬਚਨ ਅੰਮ੍ਰਿਤ ਹੈ, ਬਲਹਾਰੇ ਜਾਊਂ। ਬੋਲੋ, ਉੱਚੀ ਬੋਲਿਆ ਕਰੋ, ਸੰਗਿਆ ਨਾ ਕਰੋ, ਸਾਰੀ ਐਨਰਜੀ ਇੱਥੇ ਲਓ। ਰਾਤੀ ਮੈਂ ਦਿੱਲੀ ਕਥਾ ਕਰਦੇ ਨੇ ਕਿਹਾ ਸੀ ਤੁਹਾਡੇ ਕੋਲ ਤਾਂ ਦੁੱਧ ਹੀ ਅਸਲੀ ਨਹੀਂ, ਤੁਸੀਂ ਕੀ ਬੋਲਣਾ ਹੈ? ਨਹੀਂ ਬਦਲ, ਥੈਲੀਆਂ ਵਾਲਾ ਦੁੱਧ ਪੀਣ ਵਾਲੇ ਹੋ, ਤੁਹਾਡੀ ਆਵਾਜ਼ ਕੀ ਨਿਕਲਣੀ? ਹੁਣ ਤੁਹਾਨੂੰ ਕੀ ਕਹਾਂ, ਬੋਲੋ, ਤੁਸੀਂ ਤਾਂ ਦੁੱਧ ਵੀ।
ਅਸਲੀ ਪੀਂਦੇ ਹੋ, ਤੁਸੀਂ ਆਵਾਜ਼ ਕਿਉਂ ਨਹੀਂ ਕੱਢਦੇ ਕਿ ਤੁਸੀਂ ਵੀ ਥੈਲੀਆਂ ਦਾ ਪੀਂਦੇ ਹੋ, ਮੱਝਾਂ ਚੋਂਦੇ ਹੋ? ਆਖੋ ਏ ਗੁਰੂ, ਹਾਂ ਫਿਰ ਬੋਲੋ ਵਾਹਿਗੁਰੂ, ਹਾਂ ਬਲਹਾਰੇ ਜਾਊਂ ਬੋਲੋ, ਚੇਤੇ ਤੇਰੇ ਨਾਮ। ਕੋਈ ਅੱਲਾ ਕਵੇ ਮੈਂ ਬਲਹਾਰ ਜਾਣਾ, ਮੈਂ ਵੀ ਤਾਂ ਕਹਿੰਦਾ ਅੱਲਾ ਕੀ ਕਰ ਬੋਲੋ, ਆਉਂਦੀ ਨਹੀਂ ਬਾਣੀ, ਆਉਂਦੀ ਨਹੀਂ ਅੱਲਾ ਕੀ ਕਰ? ਅੱਲਾ ਮੈਨੂੰ ਬੁਰਾ ਥੋੜ੍ਹਾ ਲੱਗਦਾ ਹੈ। ਕੋਈ ਰਾਮ ਬੋਲੇ, ਮੈਂ ਵੀ ਤਾਂ ਕਹਿੰਦਾ ਰਾਮ ਰਾਮ ਬੋਲ, ਰਾਮ ਰਾਮ। ਬਾਣੀ ਜਿਨ੍ਹਾਂ ਨੂੰ ਆਉਂਦੀ ਉਹ ਤਾਂ ਗੁਰਮੁਖ ਨੂੰ ਬੋਲਿਆ ਕਰੋ। ਵੇਖੋ ਤੁਹਾਡੇ ਚਰਨਾਂ ਦਾ ਸੇਵਕ ਮੈਂ, ਜਿੰਨਾ ਚਿਰ ਇਸ ਰਸਨਾ 'ਤੇ ਤੁਹਾਡੀ 'ਤੇ ਬਾਣੀ ਨਾ ਆਈ, ਸਾਰੀ ਦੁਨੀਆ ਦੇ ਸ਼ਾਸਤਰ ਵੇਦ ਪੜ੍ਹ ਲਓਗੇ ਨਾ ਗੁਰੂ ਕੇ ਸਿੱਖੋ, ਮੁਕਤੀ ਨਹੀਂ ਹੋਣੀ। ਵੇਦ ਕਤੇਵ ਸੰਸਾਰ ਹੰਬਾਹੂੰ ਬਾਹਰਾ, ਆ ਜਿਓ ਨਾਨਕ ਕਾ ਪਾਤਸ਼ਾਹ ਦਿਸੇ ਚਾਹਰਾ। ਬਸੰਤ ਰਾਗ ਵਿੱਚ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਬਲਹਾਰੇ ਜਾਊਂ ਜੇਤੇ ਤੇਰੇ, ਨਹੀਂ ਜੇਤੇ ਤੇਰੇ ਨਾਮ ਹੈ, ਜਿੰਨੇ ਤੇਰੇ ਨਾਮ ਨੇ। ਕੋਈ ਅੱਲਾ ਕਵੇ, ਕੋਈ ਰਾਮ ਕਵੇ, ਆਖੋ ਵਾਹਿਗੁਰੂ, ਕੋਈ ਖੁਦਾ ਕਵੇ, ਮੈਂ ਖੁਦਾ ਤੋਂ ਵੀ ਬਲਹਾਰ ਹਾਂ, ਮੈਂ ਰਾਮ ਤੋਂ ਵੀ, ਬੋਲਿਆ ਕਰੋ ਗੁਰੂ ਕਿਸੇ ਬਲਹਾਰ ਹਾਂ। ਅਤੇ ਬਾਪੂ ਨੂੰ ਪੁੱਛਿਆ ਤੁਸੀਂ ਏਡੇ ਏਡੇ ਵੱਡੇ ਬਚਨ ਕਰ ਰਹੇ ਹੋ, ਗੋਲ ਦਮਾਲੇ ਵਾਲਾ ਸਿਰ ਗੁਰੂ ਨਾਨਕ ਸਾਹਿਬ ਜੀ ਤੁਹਾਡਾ ਕਾਹਦੇ ਲਈ ਹੈ? ਸੁਣਿਓ, ਜਿਹੜੇ ਨੇਮੀ ਲੋਕ ਹੁੰਦੇ ਨਾ, ਨੇਮੀ ਉਹ ਇਹੋ ਜਿਹੀਆਂ ਗੱਲਾਂ ਨਹੀਂ ਕਰ ਸਕਦੇ। ਪਿਛਲੀ ਵਾਰ ਵੀ ਕਿਹਾ ਸੀ ਆਤਮਾ ਸਿੰਘ ਚੇਤੇ, ਦੋ ਤਰ੍ਹਾਂ ਦੇ ਲੋਕ ਹੁੰਦੇ, ਇੱਕ ਨੇਮੀ ਇੱਕ ਪ੍ਰੇਮੀ। ਪ੍ਰੇਮੀ ਬੜੀਆਂ ਪਿਆਰ ਦੀਆਂ ਰੱਬ ਨਾਲ ਵੀ ਗੱਲਾਂ ਕਰ ਲੈਂਦਾ ਹੈ, ਜੇ ਕਿਤੇ ਸੁਣਨਾ ਹੈ ਤਾਂ ਗੁਰੂ ਕੇ ਸਿੱਖੋ, ਕਿਤੇ ਭਗਤ ਰਵਿਦਾਸ ਕੋਲੋਂ ਸੁਣੋ। ਆਖੋ ਵਾਹਿਗੁਰੂ, ਹਾਂ ਜੋ ਹਮ ਬੰਦੇ ਮੂੰਹ ਫਾਸ। ਆ ਸੁਣਿਓ, ਇਹ ਰੱਬ ਨਾਲ ਗੱਲਾਂ ਕੀਤੀਆਂ ਰੱਬ ਨਾਲ। ਮੈਂ ਫਿਰ ਕਹਿੰਦਾ ਗੁਰੂ ਕਿਆ ਸਿੱਖਾ ਨੀਲੇ ਦਮਾਲੇ ਵਾਲਿਆ, ਇਹ ਗੱਲਾਂ ਨੇਮੀ ਨਹੀਂ ਕਰ ਸਕਦਾ। ਨੇਮੀ ਬਹੁਤ ਬਾਉਂਡ ਆ, ਪ੍ਰੇਮੀ ਬਹੁਤ ਖੁੱਲ੍ਹਾ ਹੈ। ਪ੍ਰੇਮੀ ਰੱਬ ਨੂੰ ਦੋਸਤ ਜਾਣ ਕੇ ਗੱਲਾਂ ਕਰਦਾ ਹੈ। ਕੀ ਕਰਕੇ? ਉੱਚੀ ਬੋਲੋ। ਅਤੇ ਉਹਨਾਂ ਚਿਰ ਤੁਸੀਂ ਕਿਸੇ ਦਾ ਭੇਦ ਨਹੀਂ ਪਾ ਸਕਦੇ ਜਿੰਨਾ ਚਿਰ ਤੁਸੀਂ ਉਹਦੇ, ਤਾਂ ਹੀ ਕਿਹਾ ਜਨ ਪ੍ਰੇਮ ਕੀ ਹੋ, ਭਾਸ਼ਾ ਹੀ ਪ੍ਰੇਮ ਦੀ ਦੱਸੀ। ਜਿਉਂ ਹਾਂ ਬੰਦੇ, ਉਹਨੇ ਆਖਿਆ ਸੱਜਣਾ ਸੁਣਿਓ ਜੀ, ਗੁਰੂ ਕੇ ਸਿੱਖੋ, ਰੱਬ ਨੇ ਕਿਹਾ ਭਗਤ ਰਵਿਦਾਸ ਨੂੰ ਵੀ ਅਸੀਂ ਇਹ ਸਾਰੀ ਮਨੁੱਖਤਾ ਨੂੰ ਮੋਹ ਮਾਇਆ 'ਚ ਬੰਨ ਲਿਆ, ਅਤੇ ਤੂੰ ਵੀ ਤਾਂ ਵਿੱਚੇ ਹੀ ਹੈ। ਕਿਹਨੂੰ ਕਿਹਾ? ਭਗਤ ਰਵਿਦਾਸ ਜੀ ਨੂੰ। ਅਤੇ ਉਹ ਕਹਿੰਦਾ ਅਸੀਂ ਵੀ ਬੰਨ ਲਿਆ। ਫਿਰ ਇਹ ਯਾਰ ਨੂੰ ਯਾਰ ਕਹਿ ਸਕਦੇ ਨੇ, ਇਹ ਭਗਤ ਕਹਿ ਸਕਦਾ ਹੈ, ਨੇਮੀ ਨਹੀਂ। ਫਿਰ ਆਪ ਜੀ ਨੂੰ ਬੇਨਤੀ ਕਰਾਂ, ਪਤਾ ਨਹੀਂ ਪੈ ਰਿਹਾ ਪੱਲੇ ਕਿ ਨਹੀਂ ਤੁਹਾਡੇ, ਨੇਮੀ ਕਦੀ ਰੱਬ ਨਾਲ ਗੱਲਾਂ ਇਹੋ ਜਿਹੀਆਂ ਨਹੀਂ ਕਰ ਸਕਦਾ, ਪ੍ਰੇਮੀ ਕਰਦਾ ਹੈ। ਕਹਿੰਦੇ ਕੀ ਕਿਹਾ ਜੀ? ਰੱਬ ਨੂੰ ਕਿਹਾ ਭਗਤ ਰਵਿਦਾਸ ਨੇ, ਕਿ ਕੀ ਕਿਹਾ ਜੇ? ਕਹਿੰਦਾ ਜੀ ਮੈਂ ਤੁਹਾਨੂੰ ਨਾ ਮੋਹ ਮਾਇਆ 'ਚ ਸਾਰੀ ਦੁਨੀਆ ਨੂੰ। ਅਤੇ ਅੱਗੋਂ ਭਗਤ ਨੇ ਛਾਤੀ 'ਤੇ ਹੱਥ ਮਾਰ ਕੇ, ਅਸੀਂ ਵੀ ਬੰਨ ਲਿਆ, ਅਸੀਂ ਵੀ ਤੈਨੂੰ ਬੰਨ ਲਿਆ, ਅਸੀਂ ਤਾਂ ਤੈਨੂੰ ਮੋਹ 'ਚ ਬੰਨ ਲਿਆ। ਭਗਤਾਂ ਨੂੰ ਕਹਿ ਰਿਹਾ ਰੱਬ,
ਤੇ ਤੂੰ ਕਾਹਦੇ ਚ ਬੰਨ ਲਿਆ? ਹਮ ਪ੍ਰੇਮ ਬੰਧਨ ਤੁਮ ਬੰਦੇ, ਬੋਲੋ ਭਲਾ, ਇਤਰਾ ਆਨੰਦ ਨਹੀਂ ਆਉਂਦਾ ਬੱਚਿਓ ਗੁਰਸਿੱਖੋ। ਰੱਬ ਨੂੰ ਬੰਨਿਆ ਜਾ ਸਕਦਾ ਹੈ, ਰੱਬ ਨੂੰ ਕੈਦ ਕੀਤਾ ਜਾ ਸਕਦਾ ਹੈ, ਮਗਰ ਪ੍ਰੇਮ ਦੇ ਵਿੱਚ, ਨਿਯਮ ਚ ਨਹੀਂ। ਮਗਰ ਮੈਂ ਨੇਮੀ ਦਾ ਦਿਲ ਨਹੀਂ ਤੋੜਦਾ, ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ, ਨੇਮ ਵਿੱਚੋਂ ਹੀ ਪ੍ਰੇਮ ਪੈਦਾ ਹੁੰਦਾ ਹੈ। ਪ੍ਰੇਮ ਵੀ ਜਿਹੜਾ ਪੈਦਾ ਹੁੰਦਾ ਨਾ, ਪਹਿਲੋਂ ਬੇਸ ਕੀ ਆ ਬੋਲੋ? ਨੇਮ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੈ। ਜਦੋਂ ਕੋਈ ਬੰਦਾ ਰੋਜ਼ ਕਿਤੇ ਜਾਂਦਾ ਹੈ ਜਾਂਦਾ ਜਾਂਦਾ ਹੈ, ਉਹ ਨੇਮ ਇੱਕ ਦਿਨ ਪ੍ਰੇਮ। ਜੇ ਕਿਤੇ ਤੁਸੀਂ ਇਸ ਗੱਲ ਦੇ, ਮੈਨੂੰ ਪਤਾ ਸੀ ਪਹਿਲੋਂ, ਜਿੰਨੇ ਲੋਕ ਨੇਮੀ ਹੁੰਦੇ ਉਹਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਥੋੜ੍ਹਾ ਜਿਹਾ ਜ਼ੋਰ ਲਾਓ, ਜਿਹੜੀ ਗੱਲ ਦੱਸ ਰਿਹਾ ਤੁਹਾਡਾ ਚੌਂਕੀਦਾਰ ਕਹਿਣਾ ਚਾਹੁੰਦਾ ਹੈ। ਨੇਮ ਪ੍ਰੇਮ ਬਣ ਜਾਂਦਾ ਹੈ ਜੇ ਨੇਮ ਦੇ ਵਿੱਚ ਦੀਵਾਰ ਨਾ ਹੋਵੇ ਤੇ, ਇੱਕ ਦਿਨ ਨੇਮ ਫਿਰ ਪ੍ਰੇਮ ਬਣ ਜਾਂਦਾ। ਆਖੋ ਵਾਹਿਗੁਰੂ। ਕੱਚਾ ਸਖਤ ਅੰਬ ਜਿੱਦਣ ਕੱਚਾ ਸੀ ਨਾ ਅੰਬ, ਉਦਣ ਨੇਮੀ ਸੀ। ਕੀ ਸੀ? ਅਤੇ ਕਿਸ ਤਰ੍ਹਾਂ ਸੀ ਪੋਲਾ ਕਿ ਕੱਚਾ ਸਖਤ? ਜਿੱਦਣ ਕੱਚਾ ਅੰਬ ਹੁੰਦਾ ਹੈ ਵੇਖਿਆ ਕਿੰਨਾ ਸਖਤ ਹੁੰਦਾ ਹੈ, ਆਤਮਾ ਸਿੰਘ ਜਾਣਦੇ ਹੁਣ, ਸਖਤ ਹੁੰਦਾ ਹੈ। ਦੰਦ ਲਾਇਆ ਕਿਸੇ ਨੇ ਕੱਚੇ ਅੰਬ ਨੂੰ, ਚੱਕਿਆ ਮਾਰ ਲਿਆ ਕਿਹਨੂੰ? ਸ਼ਾਬਾ, ਮੈਨੂੰ ਪਤਾ ਲੱਗੇ ਵੀ ਹੁਣ ਤੁਸੀਂ ਸਮਝਣ ਲੱਗ ਪਏ। ਕੱਚੇ ਅੰਬ ਨੂੰ ਅਤੇ ਮੂੰਹ ਕਿਸ ਤਰ੍ਹਾਂ ਦਾ ਬਣਾਇਆ, ਕਿਸ ਤਰ੍ਹਾਂ ਦਾ ਬਣਾਇਆ? ਨੇਮੀ ਬੰਦੇ ਦੇ ਕੋਲੋਂ ਹਰ ਬੰਦਾ ਇਸ ਤਰ੍ਹਾਂ ਦਾ ਮੂੰਹ ਕਰਕੇ ਮੁੜਦਾ ਹੈ। ਪ੍ਰੇਮੀ ਜਿਹਨੇ ਮੂੰਹ ਲਾਇਆ ਖਿੜ ਗਿਆ, ਉਹਦੇ ਕੋਲ ਬੈਠਿਆ ਇੰਨਾ ਸਕੂਨ ਮਿਲਿਆ, ਇੰਨਾ ਉਹਨੇ ਪਿਆਰ ਕੀਤਾ। ਕੋਈ ਗੱਲ ਨਹੀਂ, ਜੇ ਅੱਜ ਨਹੀਂ ਸੁਧਰਿਆ ਤਾਂ ਕੱਲ੍ਹ ਸੁਧਰ ਜਾਏਗਾ। ਆ ਅਸੀਂ ਹੁਣ ਮੋਰਚੇ 'ਚੋਂ ਕੱਲ੍ਹ ਆਏ ਹਾਂ, ਆਖੋ ਵਾਹਿਗੁਰੂ, ਜਾ ਕੇ ਬੋਲੋ ਨਾ। ਉੱਥੇ ਇੱਕ ਮੁਸਲਮਾਨ ਭਰਾ ਮਲੇਰ ਕੋਟਲੇ ਦਾ ਸਾਨੂੰ ਮਿਲਿਆ, ਕਹਿੰਦਾ ਵੀ ਮੈਂ ਸਿੱਖ ਸੱਜ ਗਿਆ, ਮੈਂ ਸਿੱਖ ਸੱਜ ਗਿਆ। ਸਾਡੇ ਨਾਲ ਉਹਦੀ ਫੋਟੋ ਹੈਗੀ, ਕਿਸੇ ਲੈਣੀ ਤਾਂ ਲੈ ਲਿਓ। ਆਖੋ ਵਾਹਿਗੁਰੂ। ਮੈਂ ਕਿਹਾ ਕਿਤਨਾ ਬਣਿਆ? ਕਹਿੰਦਾ ਮੈਂ ਇੱਕ ਦਿਨ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਕਿਹਾ, ਤੇਰੇ 'ਚੋਂ ਵਿੱਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਹੁੰਦੇ ਨੇ। ਅੰਮ੍ਰਿਤਧਾਰੀ ਸਿੱਖਾ, ਤੇਰੇ ਵਿੱਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਦੇ, ਮੇਰੇ ਨਾਲ ਗਲਵੱਕੜੀ ਪਾਏਗਾ? ਕੀ ਆਖਿਆ? ਮੇਰੇ ਨਾਲ ਉਹ ਪ੍ਰੇਮੀ ਸੀ, ਉਹਨੇ ਕਿਹਾ ਕਿਉਂ ਨਹੀਂ? ਆ ਮੁਸਲਮਾਨ ਵੀਰਾ ਮੇਰੇ ਗਲ ਲੱਗ, ਇੰਨਾ ਪਿਆਰ ਉਹਨੇ ਕੀਤਾ, ਜਿੱਥੇ ਗਲਵੱਕੜੀ ਪਾਈ, ਮੇਰਾ ਮੱਥਾ ਚੁੰਮਿਆ, ਮੇਰੇ ਹੱਥ ਚੁੰਮੇ, ਇਹ ਹੱਥ ਫਿਰ ਕਿਤੇ ਨਹੀਂ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਟੇ 'ਤੇ ਚਲੇ ਗਏ। ਪ੍ਰੇਮੀ ਬਹੁਤ ਰਸ ਬਖਸ਼ਦਾ ਹੈ, ਪਤਾ ਨਹੀਂ ਅੰਦਰ ਵੜ ਰਹੀ ਕਿ ਨਹੀਂ ਗੱਲ। ਨੇਮੀ ਬਹੁਤ ਤੋੜਦਾ ਹੈ, ਨੇਮੀ ਕੱਚੇ ਅੰਬ ਨੂੰ ਤੁਸੀਂ ਚੱਕੀ ਵੱਢ ਕੇ ਵੇਖੋ, ਜਿੰਨੇ ਜਿੰਨੇ ਚੱਕੀ ਵੱਢੀ ਇੱਕ ਤਾਂ ਦੰਦ ਟੁੱਟਣੇ, ਆਖੋ ਵਾਹਿਗੁਰੂ, ਅਤੇ ਇੱਕ ਤਾਂ ਨਾ ਖੱਟਾ। ਤੁਸੀਂ ਨੇਮੀ ਕੋਲ ਬਹੁਤ ਆਹਟ ਮਿਲੋਗੇ ਖੱਟੇਪਨ ਦੀ। ਪ੍ਰੇਮੀ ਪੱਕੇ ਅੰਬ ਵਰਗਾ ਹੈ, ਜਿੰਨੇ ਜਰਾ ਬੱਚੇ ਨੇ ਮੂੰਹ ਲਾਇਆ, ਹੁਣ ਬੱਚਾ ਕੱਚੇ ਅੰਬ ਨੂੰ ਨਹੀਂ ਖਾ ਸਕਦਾ। ਨੋਟ ਕਰ ਰਹੇ ਹੋ ਕਿ ਨਹੀਂ ਕਿ ਖਾ ਸਕਦਾ ਹੈ?
ਉਹਦੇ ਦੰਦ ਅਜੇ ਛੋਟੇ ਨੇ, ਟੁੱਕ ਨਹੀਂ ਸਕਦੇ ਅੰਬ ਨੂੰ, ਮਗਰ ਚੂਸ ਤੇ ਸਕਦਾ ਹੈ। ਪੱਕਾ ਅੰਬ ਬੱਚੇ ਦੇ ਮੂੰਹ ਨੂੰ ਵੀ ਲਾ ਦਿਓ ਕਰੂਗਾ ਤਾਂ ਉਹਦਾ ਰਸ ਸਾਰਾ ਹੀ ਅੰਦਰ ਚਲੇ ਜਾਣਾ ਹੈ। ਹੱਥ ਜੋੜ ਕੇ ਬੇਨਤੀ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗਿਆਨੀ ਰਤਨ ਸੋਹਣੀ ਬੈਠੇ ਨੇ, ਚੰਗੀ ਤਰ੍ਹਾਂ ਸਮਝਦੇ ਹੋਣਗੇ ਮੇਰੀ ਭਾਵਨਾ ਨੂੰ, ਮੈਂ ਕੀ ਕਹਿਣਾ ਚਾਹੁੰਦਾ। ਦੁਨੀਆ ਦੇ ਲੋਕੋ, ਜਿੱਦਣ ਕਿਸੇ ਨੂੰ ਪ੍ਰੇਮ ਕਰਨ ਆ ਜਾਂਦਾ ਨਾ, ਉਹ ਰੱਬ ਨੂੰ ਵੀ ਕਹਿੰਦਾ ਇੱਥੇ ਬਹਿ ਜਾ। ਕਿਆ ਹੈ, ਕਿਆ ਹੈ ਆਖੋ ਵਾਹਿਗੁਰੂ, ਕਿਆ ਹੈ ਰੱਬ ਨੂੰ ਵੀ। ਜੋ ਹਮ ਬੰਦੇ ਮੋਹ ਫਾਸ, ਅੱਗੇ ਨਹੀਂ ਆਉਂਦੀ ਆ ਚਿੱਟੇ ਦਮਾਲੇ ਵਾਲੇ, ਮੈਨੂੰ ਤਾਂ ਬੜਾ ਸੋਹਣਾ ਚਿਹਰਾ ਲੱਗ ਰਿਹਾ ਸੀ ਤੁਹਾਡਾ, ਨਹੀਂ ਉਹਨਾਂ ਨੂੰ ਪੁੱਛਣ ਦਿਓ ਮੈਨੂੰ। ਹਮ ਪ੍ਰੇਮ ਤੁਮ ਬੰਦੇ, ਤੁਮ ਰੱਬ ਨੂੰ ਕਹਿ ਰਹੇ ਜੇ, ਐਵੇਂ ਕਿਸੇ ਚੱਕਰ 'ਚ ਨਾ ਪਿਓ ਵੀ ਪਤਾ ਨਹੀਂ ਕਿਹਨੂੰ ਕਿਹਾ ਹੈ। ਜੇ ਤੂੰ ਸਾਨੂੰ ਮੋਹ 'ਚ ਬੰਨ ਲਿਆ ਨਾ, ਤੇ ਅਸੀਂ ਤੈਨੂੰ, ਤੇ ਅੱਗੇ ਜਾ ਕੇ ਛਾਤੀ 'ਤੇ ਹੱਥ ਮਾਰ ਕੇ ਕਹਿੰਦਾ ਲੈ ਹੁਣ, ਰੱਬ ਕਹਿੰਦਾ ਸਾ ਨਾ ਆਪਣੇ ਆਪ ਨੂੰ, ਆਪਣੇ ਛੁੱਟਣ ਕੋ ਯਤਨ ਕਰੋ, ਬੋਲੋ ਹਾਂ, ਇਹਨੂੰ ਚੌਂਕੜੀ ਮਾਰਨ ਦੇ, ਇਹਨੂੰ ਹੋ ਜਾਓ ਥੋੜ੍ਹੇ, ਆਪਣੇ ਛੁੱਟਣ ਕੋ ਯਤਨ ਕਰੋ, ਬੋਲੋ, ਆਪਣੇ ਛੁੱਟਣ ਕੋ ਯਤਨ ਕਰੋ, ਆਪਣੇ ਕੌਣ ਕਹਿ ਰਿਹਾ, ਭਗਤ ਰਵਿਦਾਸ ਕਹਿ ਰਿਹਾ, ਅਸੀਂ ਬੰਨ ਲਿਆ ਜੀ ਤੈਨੂੰ ਪ੍ਰੇਮ ਦੀ ਜ਼ੰਜੀਰ ਨਾਲ, ਤੂੰ ਹੁਣ ਯਤਨ ਕਰੀ ਤੇ ਅੱਗੋਂ ਰੱਬ ਕਹਿੰਦਾ ਤੁਸੀਂ ਮੋਹ ਚੋਂ ਕਿਸ ਤਰ੍ਹਾਂ ਨਿਕਲੋਗੇ। ਹਮ ਛੁੱਟੇ ਤੁਮ ਅਰਾਧੇ, ਸਾਡੇ ਕੋਲ ਤਾਂ ਇੱਕ ਚੀਜ਼ ਹੈਗੀ ਆ, ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੈਂ ਰਾਖੇ ਅੰਧਕਾਰ ਦੀਪਕ ਪਰਗਾਸੇ, ਨਾਨਕ ਭਰਮ ਮੋਹ ਦੁੱਖ ਤੈ ਤੇ ਨਸ। ਅਸੀਂ ਤੇ ਜਪ ਲਾਂਗੇ ਵਾਹਿਗੁਰੂ 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 ਵਾਹਿਗੁਰੂ, ਬੜਾ ਉੱਤਮ ਫਲ ਆ, ਮਗਰ ਰਸ ਲੈ ਕੇ ਪੀਓ। ਵਾਹਿਗੁਰੂ 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 ਵਾਹਿਗੁਰੂ, ਧੀਓ ਜਪੋ ਜਪੋ ਮੇਰੀਆਂ ਬੱਚੀਆਂ, ਪੰਥ ਦੀ ਚੜ੍ਹਦੀ ਕਲਾ ਹੋਏ। ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਕੀ ਕਿਹਾ ਜਰਾ ਪਤਾ ਲੱਗ ਗਿਆ, ਆਪਣੇ ਛੁੱਟਣ ਕੋ ਆਉਂਦੀ ਹੈ ਬਾਣੀ, ਆਉਂਦੀ ਹੈ ਨਾ ਸੋਠ ਰਾਗ ਦੀ ਭਗਤ ਬਾਣੀ, ਆਪਣੇ ਛੁੱਟਣ ਕੋ ਕਿਹਨੂੰ ਕਹਿ ਰਿਹਾ ਭਗਤ? ਡਰਦੇ ਹੋ, ਡਰਦੇ ਹੋ, ਖੁੱਲ੍ਹ ਕੇ ਬੋਲੋ ਰੱਬ ਨੂੰ। ਰੱਬ ਨਾ ਗੱਲਾਂ ਮਾਧਵੇ, ਗੱਲਾਂ ਕੀਤੀਆਂ ਮਾਧਵੇ, ਜਾਣਤ ਹੋ ਜੈਸੀ ਤੈਸੀ, ਜੇ ਜੈਸੀਆਂ ਅਸੀਂ ਗੱਲਾਂ ਕੀਤੀਆਂ ਜਾਣਦਾ ਹੈ। ਸਿੱਧਾ ਹੀ ਕਹਿਣ ਡੇ, ਹੁਣ ਤੂੰ ਦੱਸ ਅਬ ਕਹਾਂ ਕਰੋਗੇ, ਅਬ ਕਹਾਂ ਕਰੋਗੇ, ਅਸੀਂ
ਅਤੇ ਰੱਬ ਨੇ ਆਖਿਆ ਕਿਸ ਤਰ੍ਹਾਂ ਦੀ? ਆਖੋ ਵਾਹਿਗੁਰੂ ਸੁਣਿਓ ਗੁਰੂ ਕੇ ਸਿੱਖੋ ਕਿਸ ਤਰ੍ਹਾਂ ਦੀ? ਕਹਿੰਦੇ ਮੀਨ ਪਕੜ, ਮੀਨ ਫੜ ਲਈ ਮੱਛੀ, ਉਹਨੂੰ ਕਿਸੇ ਨੇ ਸੋਧ ਸਾਧ ਕੇ ਉਹਦੇ ਨਿੱਕੇ ਨਿੱਕੇ ਟੋਟੇ ਕਰ ਲਏ, ਰਾਂਧ ਕੀ ਉਹ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ, ਮੱਛੀ ਬਣ ਜਾਏਗਾ ਤੂੰ? ਕਿਹਨੂੰ ਕਿਹਾ? ਰੱਬ ਨੂੰ ਕਿਹਾ। ਅਸੀਂ ਤਾਂ ਮੱਛੀ ਵਾਲਾ ਪਿਆਰ ਕਰ ਰਹੇ ਤੈਨੂੰ, ਜਿਸ ਤਰ੍ਹਾਂ ਮੱਛੀ ਨੂੰ ਇਹਨਾਂ ਨਾਲ ਟੁੱਕ ਕੇ ਅਤੇ ਉਹਦੀ ਰੋਟੀ ਬਣਾ ਕੇ ਕੋਈ ਖਾ ਲੈ, ਭੋਜਨ ਬਣਾ ਕੇ ਖਾ ਲੈ, ਅਤੇ ਰਾਤ ਨੂੰ ਦੁੱਧ ਨਹੀਂ ਮੰਗਦਾ, ਰਾਤ ਨੂੰ ਜੂਸ ਨਹੀਂ ਮੰਗਦਾ, ਰਾਤ ਨੂੰ ਕੋਈ ਚੀਜ਼ ਨਹੀਂ ਮੰਗਦਾ, ਕੀ ਮੰਗਦਾ? ਸਾਡੇ ਤੇ ਕੱਟਿਆਂ ਹੋਇਆਂ ਟੋਟਿਆਂ ਦੇ ਵਿੱਚੋਂ ਵੀ ਭਾਈ ਮਤੀ ਦਾਸ ਦੇ ਵਿੱਚੋਂ ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਨਿਕਲੂਗਾ। ਅਬ ਕਹਾਂ ਕਰੋਗੇ ਤੁਸੀਂ? ਕਿਸ ਤਰ੍ਹਾਂ ਕਰੋਗੇ ਮਹਾਰਾਜ ਜੀ? ਇਸ ਤਰ੍ਹਾਂ ਕਰ ਲਓਗੇ ਤੁਸੀਂ ਵੀ? ਕਿਹਨੂੰ ਪੁੱਛ ਰਹੇ ਪੁੱਤ? ਉਹ ਕਾਲੇ ਕਰਨੇ ਵਾਲੇ ਦੱਸੋ ਨਹੀਂ, ਇਹ ਹੀ ਤੁਹਾਡੀ ਅਤੇ ਮੇਰੀ ਬਦਕਿਸਮਤੀ ਹੈ। ਤੁਸੀਂ ਹਊਆ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ, ਦੋਸਤ ਜਾਣ ਕੇ ਨਹੀਂ ਪੜ੍ਹਿਆ, ਪਿਆਰ ਕਰਕੇ ਨਹੀਂ ਪੜ੍ਹਿਆ। ਅੱਖ ਵਾਹਿਗੁਰੂ ਗੱਜ ਕੇ ਬੋਲੋ ਨਾ। ਇੱਕ ਪਾਸੇ ਕਹਿੰਦੇ ਹੋ ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਕਹਿੰਦੇ ਹੋ ਤੂੰ ਹੀ ਮੇਰਾ ਮਿੱਤਰ ਹੈ, ਮਗਰ ਮਿੱਤਰ ਬਣਾ ਕੇ ਬਾਣੀ ਨਹੀਂ ਪੜ੍ਹੀ। ਕਿਤੇ ਮਿੱਤਰ ਬਣਾ ਕੇ ਬਾਣੀ ਪੜ੍ਹਦੇ ਹੋ? ਸੱਚੀ ਮੁੱਚੀ ਇੰਨਾ ਰਸ ਹੈ ਇਸ ਬਾਣੀ 'ਚ। ਅਬ ਕਹਾਂ ਕਰੋਗੇ? ਮੀਨ ਪਕੜ ਫੰਕਿਓ ਔਰ ਕਾਟਿਓ, ਰਾਧ ਕੀਓ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ। ਅਤੇ ਅੱਗੋਂ ਰੱਬ ਨੇ ਕੁਝ ਕਿਹਾ, ਸੁਣਿਓ, ਰੱਬ ਨੇ ਕੁਛ ਕਿਹਾ ਵੀ ਬੜੀਆਂ ਉੱਤੇ ਦੀਆਂ ਭਗਤਾਂ ਗੱਲਾਂ ਕਰਦਾ ਹੈ, ਤੈਨੂੰ ਪਤਾ ਨਹੀਂ ਮੈਂ ਤਖ਼ਤ 'ਤੇ ਬੈਠਾਂ। ਅੱਜ ਤਾਂ ਵੈਸੇ ਦੁਨੀਆਂ ਦਾ ਝੂਠਾ ਰਾਜਾ ਕਹਿੰਦਾ ਨਾ ਮੈਂ ਤਖ਼ਤ 'ਤੇ ਬੈਠਾਂ ਅਤੇ ਤੁਸੀਂ ਬਾਰਡਰ 'ਤੇ ਬੈਠੇ ਹੋ। ਆਖੋ ਵਾਹਿਗੁਰੂ। ਉਹ ਰੱਬ ਦੇ ਸੱਚੇ ਤਖ਼ਤ ਦੇ ਮਾਲਕ ਨੇ ਆਖਿਆ ਵੀ ਮੈਂ ਤਖ਼ਤ 'ਤੇ ਹਾਂ ਅਤੇ ਤੂੰ ਥੱਲੇ ਹਾਂ, ਅਤੇ ਗੱਲਾਂ ਬੜੀਆਂ ਉੱਤੇ ਦੀਆਂ ਕਰਦਾ ਹੈ। ਅਤੇ ਭਗਤ ਰਵਿਦਾਸ ਦੇ ਅਗਲੇ ਬੋਲ ਪੜ੍ਹੇ, ਉਹ ਇਹ ਤਖ਼ਤ ਕਿਸੇ ਦੇ ਬਾਪ ਦਾ ਨਹੀਂ। ਕਿਉਂ ਬਾਬਾ ਚੰਦਰ? ਇਹ ਤਖ਼ਤ ਕਿਸੇ ਦੇ ਲਿਖਿਆ ਹੈ ਅੱਗੇ ਕਿ ਨਹੀਂ? ਯਾਨੀ ਜੀ ਰਤਨ ਸਿੰਘ ਜੀ, ਆਪਣ ਬਾਪੇ ਨਾ ਹੀ ਕਿਸੇ ਕੋ, ਇਹ ਤਖ਼ਤ ਕਿਸੇ ਦੇ? ਜਿੱਥੇ ਤੂੰ ਬੈਠਾ ਹੈ ਨਾ ਰੱਬ ਨਾਲ ਗੱਲਾਂ ਹੋ ਰਹੀਆਂ, ਕਿਹਦੀਆਂ? ਭਗਤੀਆਂ। ਆਪਣ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ, ਇਹ ਤੇ ਪ੍ਰੇਮ ਕਰਨ ਵਾਲੇ ਦਾ ਰਾਜ ਆ। ਪ੍ਰੇਮ ਅਸੀਂ ਕਰ ਲਿਆ, ਕਿਸੇ ਦੇ ਬਾਪ ਦਾ ਇਹ ਨਹੀਂ ਹੈ ਤਖ਼ਤ, ਜਿਹੜੇ ਤਖ਼ਤ ਦੀ ਗੱਲ ਕਰਦੇ ਹੋ। ਅਤੇ ਮੈਂ ਆਪ ਜੀ ਨੂੰ ਫਿਰ ਬੇਨਤੀ ਕਰਦਾ, ਆਖੋ ਵਾਹਿਗੁਰੂ, ਜਿੱਦਣ ਇੱਕ ਦੀ ਅਰਾਧਨਾ ਪ੍ਰੇਮ ਚ ਆਣ ਕੇ ਕਰਨੀ ਸ਼ੁਰੂ ਕਰ ਦੋਗੇ, ਇੱਕ ਦੀ ਕੇਵਲ, ਇੱਕੋ ਜਪ, ਇੱਕੋ ਸਲਾਹ, ਇੱਕ ਸਿਮਰ, ਇੱਕੋ ਮਨ ਆਹ, ਅੱਗੇ ਕੀ ਕਿਸੇ ਹੋਰ ਦੀ ਵੀ? ਇੱਕ ਦੀ, ਇੱਕ ਦੀ ਅਰਾਧਨਾ ਤੋਂ ਟੁੱਟ ਗਿਆ ਮੇਰੇ ਗੁਰੂ ਨੇ ਸਾਰੀ ਮਨੁੱਖਤਾ ਨੂੰ ਮੋੜ ਕੇ, ਮੜੀਆਂ ਵੱਲੋਂ ਮੋੜ ਕੇ, ਧਾਗਿਆਂ ਵੱਲੋਂ ਮੋੜ ਕੇ, ਕਬਰਾਂ ਵੱਲੋਂ ਮੋੜ ਕੇ ਲੈ ਆਉਂਦਾ। ਜਪੋ ਤਾਂ ਇੱਕੋ ਨਾਮਾ, ਜਪੋ ਤਾਂ ਇੱਕੋ ਨਾਮਾ, ਜਪੋ
ਇਤਰਾ ਗੋਡਿਆਂ ਤੇ ਰੱਖ ਲਓ, ਹੱਥ ਰੀੜ੍ਹ ਦੀ ਹੱਡੀ ਸਿੱਧੀ ਕਰ ਲਓ ਤੇ ਇਸ ਗੱਲ ਵਿੱਚ ਡੁੱਬ ਕੇ ਪੜੋ, ਡੁੱਬ ਕੇ। ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ, ਜਪੋ ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ। ਉਹਨੇ ਪੁੱਛਿਆ ਕੀ ਕਰ ਰਹੇ ਹੋ? ਆਖੋ ਵਾਹਿਗੁਰੂ। ਕਿਸੇ ਨੂੰ ਪੁੱਛਿਆ ਕੀ ਕਰ ਰਹੇ ਹੋ? ਕਹਿੰਦਾ ਬਾਗ ਲਾ ਰਿਹਾ। ਥੋੜ੍ਹੀ ਜਿਹੀ ਆਵਾਜ਼ ਘੱਟ ਕਰ ਦਿਓ, ਬਾਗ ਲਾ ਰਿਹਾ। ਅੱਛਾ ਜੀ, ਸੁਣਦਾ ਹੀ ਨਹੀਂ। ਓਹੋ, ਗਲਤ ਹੋ ਗਿਆ। ਆਖੋ ਵਾਹਿਗੁਰੂ। ਉਹਨੇ ਕਿਹਾ ਬਾਗ ਲਾ ਰਿਹਾ। ਬਾਗ ਬੂਟੇ ਕਿਹੜੇ ਲਾ ਰਹੇ ਹੈ? ਆਖੋ ਵਾਹਿਗੁਰੂ। ਗੱਜ ਕੇ ਬੋਲੋ, ਬੂਟੇ ਕਿਹੜੇ ਲਾ ਰਹੇ ਹੈ? ਕਹਿੰਦੇ ਬੂਟਿਆਂ ਦਾ ਤਾਂ ਮੈਨੂੰ ਪਤਾ ਨਹੀਂ। ਹਾਜ਼ਰੋ, ਕੀ ਪਹਿਲੋਂ ਕੀ ਪੁੱਛਿਆ ਕੀ ਲਾ ਰਹੇ ਹੈ? ਅਤੇ ਉਹ ਕਹਿੰਦਾ ਵੀ ਬੂਟੇ ਕਿਹੜੇ ਲਾ ਰਹੇ ਹੈ? ਕਹਿੰਦੇ ਬੂਟਿਆਂ ਦਾ ਨਹੀਂ ਪਤਾ, ਜਿਹੜਾ ਤੁਸੀਂ ਵੀ ਤੀਰਥ ਯਾਤਰਾਵਾਂ 'ਤੇ ਭੱਜੇ ਫਿਰਦੇ ਹੋ, ਜਿਹੜੇ ਕਰਮਾਂ 'ਚ ਇਹ ਮਨੁੱਖਤਾ ਪੈ ਗਈ ਹੈ ਨਾ। ਮੇਰਾ ਬਾਬਾ ਕਹਿੰਦਾ ਇਹਨੂੰ ਤਾਂ ਫਲ ਹੀ ਕੋਈ ਨਹੀਂ ਲੱਗਦਾ। ਹਾਜ਼ਰੋ ਜੀ, ਪਤਾ ਪੁੱਤ, ਨਿਰਾਫਲ, ਨਿਰਾਫਲ ਦਾ ਮਤਲਬ ਜਿਹਨੂੰ ਕੋਈ, ਸਾਰੇ ਲੋਕ ਇਹੀ ਕੰਮ ਕਰ ਰਹੇ ਜੇ ਜਿਹਨੂੰ ਕੋਈ, ਨਹੀਂ ਤਾਂ ਮਾਲਾ ਮਾਲ ਹੋ ਜਾਂਦੇ, ਆਪ ਹੀ ਨਾ ਖਾਂਦੇ, ਦੁਨੀਆਂ ਭਰ ਨੂੰ ਭੇਜਦੇ ਫਲ ਆਪਣੇ ਕੋਲੋਂ। ਮਗਰ ਜਿਹੜੇ ਕੰਮ ਅੱਜ ਸਿੱਖ ਵੀ ਕਰ ਰਿਹਾ ਨਾ, ਇਹਨੂੰ ਕੋਈ ਫਲ ਨਹੀਂ ਲੱਗਣਾ। ਕਿੰਨੇ ਕਿਹਾ ਸੀ ਤੁਹਾਨੂੰ ਨੰਗੇ ਪੈਰੀ ਯਾਤਰਾ ਕਰਨ ਨੂੰ? ਬਈ ਦੱਸੋ ਨਾ, ਅੱਜ ਜਿੰਨੀ ਸੰਗਤ ਬੈਠੀ, ਜਿਹੜੇ ਮਹਾਂਪੁਰਸ਼ ਗੁਰਮੁਖ ਪਿਆਰੇ ਬੈਠੇ, ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਆਗਿਆ ਦਿੱਤੀ ਨੰਗੇ ਪੈਰੀ ਯਾਤਰਾ ਕਰਨ ਦੀ? ਕਿਤੇ ਗੁਰੂ ਨੇ ਆਖਿਆ ਵਰਤ ਰੱਖਣ ਨੂੰ, ਸ਼ਰਾਧ ਕਰਨ ਨੂੰ? ਕਿਤੇ ਗੁਰੂ ਨੇ ਇਹ ਗੱਲਾਂ ਕਹੀਆਂ ਜਿਹੜੀਆਂ ਅੱਜ ਸਿੱਖ ਕਰ ਰਿਹਾ? ਅਤੇ ਲਾ ਲਓ ਫਿਰ ਜਿੰਨੇ ਮਰਜ਼ੀ ਬਾਗ, ਫਲ ਤਾਂ ਕੋਈ ਨਹੀਂ ਲੱਗਣਾ, ਫਲ ਤਾਂ ਇੱਕੋ ਹੀ ਲੱਗਣਾ, ਸਿਮਰ ਸਵਾਮੀ। ਬੋਲੋ, ਉੱਚੀ ਬੋਲੋ। ਅੰਤਰਜਾਮੀ ਮਨੁੱਖ ਦੇਹ ਕਾ ਇਹ ਉੱਤਮ ਫਲ, ਮਨੁੱਖ ਦੇਹ ਕਾ ਸਵਾਮੀ ਦਾ ਸਿਮਰਨ ਕਰ, ਇਹ ਮਨੁੱਖਾ ਦੇਹ ਦਾ ਉੱਤਮ ਬੂਟਾ ਹੈ ਜਿਹਦੇ ਵਿੱਚ ਕੋਈ ਫਲ ਲੱਗਣਾ ਹੈ, ਨਹੀਂ ਤਾਂ ਨਹੀਂ। ਇੰਨਾ ਵੱਡਾ ਸਾਡੇ ਕੋਲ ਬੀਜ ਹੋਵੇ, ਯੂਨੀਵਰਸਿਟੀ 'ਚੋਂ ਲਿਆਂਦਾ ਬੀਜ ਹੋਵੇ, ਅਖ ਵਾਹਿਗੁਰੂ, ਅਤੇ ਬਾਬਾ ਬਸੰਤ ਜਿੱਦਣ ਦਾ ਚੜ੍ਹਿਆ ਉਦਣ ਦਾ ਰੋਜ਼ ਹੀ ਕਹਿ ਰਿਹਾ ਹੋਵੇ, ਅਬ ਕਲੂ ਆਇਓ ਰੇ, ਬੂਟੇ ਸੁੱਕ ਜਾਣੇ ਨੇ ਲੋਕੋ, ਸਰਾਧਾਂ ਦੇ ਦਾਨ ਦੇ ਪੁੰਨ ਦੇ ਵਰਤ ਦੇ ਬੂਟੇ ਲਾਓਗੇ ਅਤੇ ਕਲਯੁੱਗ ਦੀ ਅੱਗ ਨੇ ਸੁਕਾ ਦੇਣੇ ਨੇ। ਪਤਾ ਲੱਗ ਰਿਹਾ ਜੀ ਗੋਲ ਪੱਗ ਵਾਲੇ ਗੁਰਮੁਖਾਂ ਨੂੰ, ਕਲਯੁੱਗ ਦੀ ਅੱਗ ਨੇ? ਬੋਲੋ, ਡਰਦੇ ਕਿਉਂ ਜੇ? ਵਰਤ ਦੇ, ਨੇਮ ਦੇ, ਸਰਾਧਾਂ ਦੇ, ਇਹਨਾਂ ਚੱਕਰਾਂ ਦੇ ਬੂਟੇ ਸਾਰੇ ਕਲਯੁੱਗ ਦੀ ਅੱਗ ਨੇ। ਇੱਕ ਹੀ ਬੂਟਾ ਹੈ ਜਿਹਨੂੰ ਕਲਯੁੱਗ ਦੀ ਅੱਗ ਸਾੜ ਨਹੀਂ ਸਕਦੀ, ਉਹ ਨਾਮ ਦਾ ਬੂਟਾ ਹੈ। ਜੇ ਨਹੀਂ ਤੁਸੀਂ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਦੇ, ਤਾਂ ਜਿਸ ਤਰ੍ਹਾਂ ਅੱਜ ਕੌਮ ਭੁੱਖੀ ਹੈ, ਤਰਸ ਰਹੀ ਹੈ, ਰੁਲ ਰਹੀ ਹੈ, ਕੀ ਕਰ ਰਹੀ ਕਿ ਬਾਦਸ਼ਾਹ ਬਣੇ ਹੋ, ਰੁਲ ਰਹੇ ਨੇ, ਹਰ
ਪੱਖ ਤੇ ਹਰ ਘੜੀ ਹਰ ਪੈਰ ਤੇ ਰੁਲ ਰਹੇ। ਸ਼ਹਿਨਸ਼ਾਹ ਹੀ ਕਿਉਂ ਨਹੀਂ ਮਿਲੀ? ਝੋਲੀ 'ਚ ਪਾਤਸ਼ਾਹੀ ਪਵਾਈ ਨਹੀਂ, ਜਿਸ ਨੂੰ ਬਖਸ਼ੇ ਨਾਨਕ ਪਾਤਸ਼ਾਹੀ ਨਹੀਂ ਪਵਾਇਆ। ਜਪਜੀ ਸਾਹਿਬ ਝੋਲੀ 'ਚ ਨਹੀਂ ਕੀਤੀ ਨਾਮ ਦੀ ਕਮਾਈ। ਅੰਮ੍ਰਿਤ ਵੇਲੇ ਉੱਠ ਕੇ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ, ਜੋ ਜਾਗਣ ਲਹਿਣ ਸੇ ਸਾਈਂ ਕੰਨੋਂ ਦਾਤ। ਜੇ ਦਾਤਾਂ ਨਾਲ ਝੋਲੀਆਂ ਨਹੀਂ ਨਾ ਭਰੀਆਂ ਤਾਂ ਗੁਰੂ ਕੇ ਸਿੱਖੋ ਦਾ ਕਾਰਨ ਇਹ ਆ, ਅਸੀਂ ਅੰਮ੍ਰਿਤ ਵੇਲਾ ਤਾਂ ਸੰਭਾਲਿਆ ਹੀ ਨਹੀਂ। ਆ ਜਿੰਨੇ ਮੇਰੇ ਭੈਣ ਭਰਾ ਬੈਠੇ ਨੇ ਗੁਰੂ ਕੇ ਸਿੱਖ, ਮੈਂ ਚਰਨਾਂ 'ਤੇ ਸਿਰ ਰੱਖ ਕੇ ਕਹਿੰਦਾ, ਆਪੇ ਹੀ ਸਵਾਲ ਕਰੋ, ਆਪੇ ਹੀ ਜਵਾਬ ਦਿਓ ਅਤੇ ਜੱਜ ਬਣਾ ਕੇ ਬਹਾ ਲਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ। ਸਤਿਗੁਰੂ ਮੇਰੇ ਮੂੰਹ 'ਤੇ ਦਾੜਾ, ਮੇਰੇ ਸਿਰ ਵਿੱਚ ਕੰਘਾ, ਮੇਰੇ ਹੱਥ ਵਿੱਚ ਸਰਬਲੋ ਦਾ ਕੜਾ, ਮੇਰੇ ਗਲ 'ਚ ਸਰਬਲੋ ਦੀ ਕਿਰਪਾਨ, ਦੁਸ਼ਹਿਰਾ ਆਪ ਜੀ ਦਾ ਬਖਸ਼ਿਸ਼ ਕੀਤਾ, ਪੰਜ ਬਾਣੀਆਂ ਬਖਸ਼ਿਸ਼ ਕੀਤੀਆਂ। ਸਤਿਗੁਰੂ ਮੈਂ ਅੰਮ੍ਰਿਤ ਵੇਲੇ ਉੱਠਦਾ ਨਹੀਂ, ਆਖੋ ਵਾਹਿਗੁਰੂ, ਅੰਮ੍ਰਿਤ ਵੇਲੇ ਮੈਂ ਉੱਠਦਾ ਨਹੀਂ, ਰੱਬ ਦਾ ਨਾਮ ਜਪਦਾ ਨਹੀਂ। ਜਿੱਦਣ ਤੁਹਾਡੇ ਕੋਲ ਮੇਰੀ ਫੈਲ ਆਊਗੀ ਉੱਤੇ ਲਿਖ ਦੋਗੇ ਸਿੱਖ ਪਾਸਾ, ਆਖੋ ਵਾਹਿਗੁਰੂ। ਕਹਿੰਦੇ ਪੁੱਤ ਅੱਜ ਤੋਂ ਕੁਛ ਸਾਲ ਪਹਿਲੋਂ ਗੁਰੂ ਕੇ ਸਿੱਖੋ ਧਿਆਨ ਨਾਲ ਸੁਣਿਓ, ਅੱਜ ਤੋਂ ਕੁਛ ਸਾਲ ਪਹਿਲੋਂ ਸਾਡੇ ਘਰਾਂ ਦੇ ਵਿੱਚ ਗੁਰੂਆਂ ਦੀਆਂ ਫੋਟੋ ਬਹੁਤ ਘੱਟ ਹੁੰਦੀਆਂ ਸੀ, ਸ਼ਬਦ ਲਿਖੇ ਹੁੰਦੇ ਸੀ। ਕੀ ਕਿਹਾ ਮੈਂ ਬੋਲੋਗੇ ਜ਼ਰਾ? ਫੋਟੋਆਂ ਘੱਟ ਸੀ, ਹੁਣ ਤਾਂ ਭਾਈ ਜੀ ਗੁਰੂਆਂ ਦੀਆਂ ਛੱਡ ਕੇ ਬਾਬਿਆਂ ਦੀਆਂ ਲੈਣਾਂ ਲੱਗੀਆਂ ਫੋਟੋਆਂ ਦੀਆਂ। ਇਹਨਾਂ ਨੂੰ ਬਾਬੇ ਨਾ ਸਮਝੋ, ਮੈਂ ਨਹੀਂ ਕਹਿੰਦਾ, ਇਹਨਾਂ ਨੂੰ ਨਹੀਂ ਕਹਿ ਰਿਹਾ, ਇਹ ਪਰਉਪਕਾਰੀ ਜਨ ਨੇ ਜਿਹੜੇ ਸਕੂਲ ਖੋਲ੍ਹਦੇ ਨੇ, ਲੰਗਰ ਲਾਉਂਦੇ ਨੇ, ਜਿਹੜੇ ਕੁਛ ਵੀ ਨਹੀਂ ਮਨੁੱਖਤਾ ਨੂੰ ਦੇ ਦਿੱਤੀ, ਉਹਨਾਂ ਵੀ ਐਡੇ ਐਡੇ ਢਿੱਡ ਵਾਲਿਆਂ ਦੀਆਂ ਫੋਟੋਆਂ ਸਿੱਖਾਂ ਦੇ ਘਰਾਂ 'ਚ ਲੱਗੀਆਂ, ਜਿਹੜੇ ਬੋਲਦੇ ਹੀ ਕੁਝ ਨਹੀਂ, ਜਿਹਨਾਂ ਕੋਲ ਮੈਸੇਜ ਹੀ ਨਹੀਂ ਹੈਗਾ ਕੋਈ। ਮੈਸੇਜ ਹੈ ਕਿੱਥੇ? ਗੁਰੂ ਰਾਮਦਾਸ ਜੀ ਦਾ ਇੱਕ ਬਚਨ ਸਾਡੇ ਘਰਾਂ 'ਚ ਲਿਖਿਆ ਹੁੰਦਾ ਸੀ, ਗੁਰਸਿੱਖ ਦੀ ਨਿੱਤ ਕਰਨੀ। ਬੋਲੋ ਭਲਾ, ਫਿਰ ਬੋਲੋ। ਸਾਡੇ ਘਰਾਂ 'ਚ ਇਹ ਸ਼ਬਦ ਲਿਖ ਕੇ ਲਾਇਆ ਹੁੰਦਾ ਸੀ, ਗੁਰਸਿੱਖ ਦੀ, ਅਤੇ ਉਹਦੇ ਥੱਲੇ ਕੋਈ ਬੱਚਾ, ਕੋਈ ਬੀਬੀ, ਕੋਈ ਨੌਹਰਾਣੀ ਘਰ 'ਚ ਆਉਣੀ, ਕੋਈ ਘਰ 'ਚ ਪਰਾਹੁਣਾ ਆਉਣਾ, ਅਤੇ ਉਹਨੇ ਰੋਜ਼ ਪੜ੍ਹਨਾ ਵੀ ਗੁਰਸਿੱਖ ਦੀ ਨਿੱਤ ਕਰਨੀ ਦਾ ਮਤਲਬ ਗੁਰੂ ਦੇ ਸਿੱਖ ਨੇ ਨੇਤਾ ਪ੍ਰਤੀ ਕੀ ਕਰਨਾ। ਇਹਦਾ ਅਰਥ ਸਿੱਧਾ ਹੀ ਵੀ ਗੁਰੂ ਦੇ ਸਿੱਖ ਨੇ ਨੇਤਾ ਪ੍ਰਤੀ ਸਵੇਰ ਤੋਂ ਕੀ ਕਰਨਾ, ਅਤੇ ਉਹਦੇ 'ਤੇ ਲਿਖਿਆ ਗੁਰ ਸਤਿਗੁਰ ਕਾਜੋ ਸਿੱਖ ਅਖਾਏ। ਕਰਾਤਾ ਰਿਮਾਇੰਡ ਗੁਰੂ ਨੇ ਵੀ ਜਿਹੜਾ ਆਪਣੇ ਆਪ ਨੂੰ ਗੁਰੂ ਕਾ। ਆਹ ਵੇਖਿਓ ਹੁਣ ਵੋਟਾਂ ਪੈਣੀਆਂ ਨੇ ਨਾ ਸ਼੍ਰੋਮਣੀ ਕਮੇਟੀ ਦੀਆਂ, ਆਖੋ ਵਾਹਿਗੁਰੂ। ਜਿਹਨੇ ਜਿਹਨੇ ਮੂੰਹ 'ਤੇ ਦਾੜੀ ਰੱਖੀ, ਸ਼ਰਾਬ ਵੀ ਪੀਂਦਾ ਹੈ, ਕੁਕਰਮੀ ਵੀ ਆ, ਦਾੜੀ ਕਾਲੀ ਵੀ ਕੀਤੀ, ਮਗਰ ਉਹਦੀ ਵੀ ਵੋਟ ਪਾਉਣ ਦਾ ਉਹਨੂੰ ਅਧਿਕਾਰ ਆ, ਉਹਨੇ ਕਹਿਣਾ ਆਈ ਐਮ ਸਿੱਖ। ਇਹ ਬਾਪੂ ਕੋਲੋਂ, ਗੁਰੂ ਰਾਮਦਾਸ ਕੋਲੋਂ ਪੁੱਛੀਏ ਵੀ ਮਹਾਰਾਜ ਸ਼੍ਰੋਮਣੀ ਕਮੇਟੀ ਦੀ ਵੋਟ ਪਾਉਣ ਦਾ ਅਧਿਕਾਰ ਕਿਹਨੂੰ ਆ, ਤੁਸੀਂ ਕਿਹਨੂੰ ਸਿੱਖ ਮੰਨਦੇ ਹੋ? ਵੋਟ ਤਾਂ ਤੇਰੇ ਘਰ ਲਈ ਪੈਣੀ ਹੈ ਨਾ, ਆਖੋ ਵਾਹਿਗੁਰੂ। ਚੰਡੀਗੜ੍ਹ 'ਤੇ ਪੈਣੀ ਨਹੀਂ, ਚੰਡੀਗੜ੍ਹ ਲਈ ਤਾਂ ਵੋਟ ਨਹੀਂ ਨਾ ਪੈਣੀ, ਕਿ ਚੰਡੀਗੜ੍ਹ 'ਤੇ ਆਪ ਭ੍ਰਿਸ਼ਟ ਬੈਠੇ ਅਤੇ ਉਹਨਾਂ ਲਈ ਵੋਟਾਂ ਵੀ ਭ੍ਰਿਸ਼ਟਾਂ ਦੀਆਂ ਪੈ ਸਕਦੀਆਂ, ਮਗਰ ਇੱਥੇ ਤਾਂ ਤੂੰ ਬੈਠਾ ਨਾ, ਅਤੇ ਤੇਰੇ ਘਰ ਲਈ ਵੋਟ ਪੈਣੀ ਆ। ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਸਿੱਖ ਵੋਟ ਪਾਵੇ, ਤੁਸੀਂ ਸਿੱਖ ਕਿਹਨੂੰ ਮੰਨਦੇ ਹੋ? ਅਤੇ ਆਪ ਹੀ ਲਿਖਿਆ ਗੁਰ ਸਤਿਗੁਰ ਕਾਜੋ, ਉੱਚੀ ਬੋਲੋ। ਸਭ ਤੋਂ ਪਹਿਲਾਂ ਕੀ ਕਰੇ? ਸੋ ਭੜ ਕੇ ਉੱਠ। ਆ ਜਿੰਨੀ ਹੁਣ ਸੰਗਤ ਬੈਠੇ, ਕਿੰਨੇ ਕੁ ਜੇ ਤਿਆਰ ਜੇ ਵੋਟ ਪਾਉਣ ਨੂੰ ਗੁਰੂ ਰਾਮਦਾਸ ਨੂੰ? ਸੋਚੋ ਜਿੱਥੋਂ
ਚਿੱਥੋ, ਚਿੱਥਣ ਤੋਂ ਬਿਨਾਂ ਤਾਂ ਸਵਾਦ ਨਹੀਂ ਆਉਣਾ ਕੋਈ ਚੀਜ਼, ਤੁਸੀਂ ਜਿੰਨਾ ਚਿਰ ਚਿੱਥ ਦੇ ਦੀ ਉਹਦਾ ਰਸ ਕਿਸ ਤਰ੍ਹਾਂ ਆਊ? ਸ਼ਬਦ ਨੂੰ ਅੰਦਰ ਵਿਚਾਰੋ। ਆ ਜਿੰਨੇ ਅਸੀਂ ਬੈਠੇ ਹਾਂ ਗੁਰਸਿੱਖ ਪਿਆਰੇ, ਜਿੰਨੀਆਂ ਮੇਰੀਆਂ ਧੀਆਂ ਬੈਠੀਆਂ ਨੇ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਸੁਭ ਭਲ ਕੇ ਉੱਠ, ਅਤੇ ਸ਼ੁਰੂਆਤ ਹੀ ਨਹੀਂ ਕੀਤੀ, ਇਹ ਦੁਨੀਆਂ ਦੀਆਂ ਚੋਣ ਕਿਰਿਆਵਾਂ ਦੇ ਵਿੱਚ ਤਾਂ ਤੁਸੀਂ ਸਿੱਖ ਹੋ ਸਕਦੇ ਹੋ, ਮਗਰ ਆਖਨਿਓ ਤਿੱਖੀ ਵਾਲੋ ਨਿੱਕੀ ਇਹ ਤਾਂ ਮਾਰਗ ਜਾਣਾ, ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗਲੀ ਅਤ ਪੀੜੀ, ਉੱਥੇ ਟਿਕੇ ਨਾ ਪੁਣਹਣਾ ਚੱਲ ਨਾ ਸਕੇ ਉੱਪਰ ਕੀੜੀ। ਇੱਥੇ ਲੈਣਾ ਲੱਗਣੀਆਂ ਵੋਟਾਂ ਦੀਆਂ, ਜਿਹਨਾਂ ਜਿਹਨਾਂ ਵੋਟਾਂ ਲੈਣੀਆਂ ਉਹਨਾਂ ਰਾਤ ਨੂੰ ਜਿੰਨੇ ਜਿੰਨੇ ਵੋਟ ਪਾਈ ਉਹਨੂੰ ਸ਼ਰਾਬ ਪਿਆਉਣੀ ਆ ਅਤੇ ਅਸੀਂ ਬਸ਼ਰਮ ਹੋ ਕੇ ਪੀਣੀ। ਆਖੋ ਏ ਗੁਰੂ, ਗੁਰੂ ਕਹਿ ਸਕਦਾ ਸੁਣ ਗੁਰ ਸਤਿਗੁਰ ਕਾ ਜੋ ਸੋ ਭਲ ਕੇ ਉੱਠ, ਫਿਰ ਕੀ ਕਰੇ ਨਾਮ ਧਿਆਉਣ ਉਦਮ ਕਰੇ ਕਰਦੇ ਹੋ, ਜਿਹੜੇ ਜਿਹੜੇ ਕਰਦੇ ਨੇ ਨਾ ਸੱਚਮੁੱਚੀ, ਜਿਹਦੀ ਤਾਰ ਜੁੜੀ ਹੁੰਦੀ ਨਾ ਤਾਰ, ਆਹ ਦੋ ਤਾਰਾਂ ਆਉਣ ਡੀਆਂ ਨੇ ਇੱਧਰ ਲਾਈਟ ਵੱਲ ਨੂੰ, ਦੋ ਨੇ ਇੱਕ ਠੰਡੀ, ਜ਼ਿਮੀਦਾਰ ਹੋ ਬੋਲੋ, ਇੱਕ ਠੰਡੀ ਅਤੇ ਇੱਕ ਗਰਮ, ਇੱਕ ਤਾਰ ਨਾਲ ਬਲਬ ਜਗਦਾ। ਜਿੰਨਾ ਚਿਰ ਗੁਰੂ ਕੇ ਸਿੱਖੋ ਤੁਸੀਂ ਸਿਮਰਨ ਅਤੇ ਬਾਣੀ ਨਹੀਂ ਨਾ ਰੱਖੋਗੇ ਕੋਲ, ਅੰਦਰ ਲਾਈਟ ਨਹੀਂ ਜੇ ਜਗਣੀ, ਅੰਦਰ ਚਾਨਣ ਨਹੀਂ ਜੇ ਹੋਣਾ। ਆਖੋ ਏ ਗੁਰੂ, ਗੁਰ ਸਤਿਗੁਰ ਕਾ ਜੋ ਸੋ ਭਲ ਕੇ ਉੱਠ, ਉਦਮ ਕਰੇ ਇਸ਼ਨਾਨ ਕਰੇ ਫਿਰ ਚੜ੍ਹੇ ਦਿਵਸ, ਇਹ ਜੇ ਕੋਲ ਨਹੀਂ ਤੇ ਫਿਰ ਪ੍ਰੇਮ ਕਿੱਥੋਂ ਲੱਭਦੇ ਫਿਰਦੇ ਹੋ? ਇੱਕੋ ਜਪ ਏਕ ਸਿਮਰ ਇੱਕ ਸਕੇ ਗੁਣ, ਮਨ ਤਨ ਜਾਪ ਏਕ ਭਗਵੰਤ ਮਨ ਹੁੰਦਾ ਜੀ, ਵਾਹਿਗੁਰੂ ਭਗਵਤੀ ਭਗਵਤ ਭਗਵੰਤ ਕਾ ਰੰਗ ਸਗਲ ਤਿਆਗੇ, ਮਨ ਤੇ ਬਿਨਸੇ ਕਰ ਪੂਜੇ, ਸਾਰਿਆਂ ਦੇ ਵਿੱਚ ਇੱਕ ਨੂੰ ਵੇਖ ਕੇ ਵਾਹਿਗੁਰੂ 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 ਵਾਹਿਗੁਰੂ, ਜੁੜ ਕੇ ਜੁੜ ਕੇ ਇੱਕ ਦੀ ਆਰਾਧਨਾ ਹੈ, ਕੋਈ ਦੇਵੀ ਦੇਵਤਾ ਪੀਰ ਪੈਗੰਬਰ ਨਹੀਂ ਇੱਥੇ। ਵਾਹਿਗੁਰੂ 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 ਆਹ ਬਣ ਗਈ ਗੱਲ, ਤਾਰਾਂ ਜੁੜ ਗਈਆਂ। ਵਾਹਿਗੁਰੂ 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 ਗੁਰੂ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਗਾਜ਼ੀਪੁਰ ਵਾਲੇ ਮੋਰਚੇ ਦੇ ਵਿੱਚ ਦਸ ਸਾਰਿਆਂ ਬਾਰਡਰਾਂ 'ਤੇ ਜਾ ਕੇ ਆਇਆ, 6 ਦਿਨ ਦਿੱਲੀ ਰਹੇ ਹਾਂ। ਆਖੋ ਇਹ ਗੁਰੂ, ਗਾਜ਼ੀਪੁਰ ਵਾਲੇ ਬਾਰਡਰ ਵਿੱਚ ਉੱਤੇ ਇੱਕ ਫਕੀਰ ਬੈਠਾ ਕਾਲੇ ਕੱਪੜਿਆਂ, ਹੱਥ ਵਿੱਚ ਉਹਨੇ ਬੰਸਰੀ ਟੈਪ ਕੋਈ ਚੀਜ਼ ਫੜੀ, ਇਸ ਤਰ੍ਹਾਂ ਤਰ੍ਹਾਂ ਹੱਥ 'ਤੇ ਘੁੰਗਰੂ ਬੱਧਾ ਵਜਾਉਣ ਡਿਆ ਸੀ।
ਸਾਨੂੰ ਗੁਰੂ ਕੇ ਸਿੱਖਾਂ ਨੂੰ 13-14 ਸਿੱਖ ਸੀ ਨਾਲ ਵੇਖ ਕੇ ਦੇ ਫਤਿਹ ਬੁਲਾਈ, ਅਸੀਂ ਕੋਲ ਗਏ। ਸੁਣੋ ਧਿਆਨ ਨਾਲ, ਇੱਧਰ ਉੱਧਰ ਟਾਈਮ ਪਾਸ ਨਹੀਂ ਕਰਦਾ, ਤੱਤ ਦੀ ਗੱਲ। ਆਖੋ ਵਾਹਿਗੁਰੂ, ਉੱਚੀ ਬੋਲੋ ਵਾਹਿਗੁਰੂ। ਅਸੀਂ ਵੀ ਜਾ ਕੇ ਆਖਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬੜੀ ਖੁਸ਼ੀ ਨਾਲ ਇੱਕ ਮੈਂ ਆਪ ਜੀ ਨੂੰ ਖੁਸ਼ਖਬਰੀ ਦੱਸਦਾ, ਭਾਵੇਂ ਕੋਈ ਜਾਟ ਭਰਾ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਰਾਜਸਥਾਨ ਦਾ ਹੈ, ਭਾਵੇਂ ਕੋਈ ਯੂਪੀ ਦਾ, ਭਾਵੇਂ ਕਰਨਾਟਕ ਦਾ, ਉੱਥੇ ਕੋਈ ਰਾਮ ਰਾਮ ਅੱਲਾ ਅੱਲਾ ਨਹੀਂ ਜੇ ਕਹਿ ਰਿਹਾ ਹੁਣ ਇੱਕ ਦੂਸਰੇ ਨੂੰ, ਭਾਵੇਂ ਮੋਨੇ ਨੂੰ ਮਿਲਦਾ ਹੈ ਨਾ ਮੋਨਾ, ਪਤਾ ਕੀ ਕਹਿੰਦੇ, ਵਾਹਿਗੁਰੂ ਜੀ ਕਾ ਖਾਲਸਾ। ਹਰ ਬੰਦੇ ਨੂੰ ਵਾਹਿਗੁਰੂ, ਸਿੱਖੋ ਕੀ ਜੈ ਹੋ, ਜਿਹਨੂੰ ਫਤਿਹ ਨਹੀਂ ਬੁਲਾਉਣੀ ਹੁੰਦੀ। ਉਹ ਬਜ਼ੁਰਗ ਕਾਲੇ ਕੱਪੜਿਆਂ ਵਾਲਾ ਸਾਨੂੰ ਕਹਿੰਦਾ ਵੀ ਜਿਸ ਕੰਮ ਲਈ ਮੋਰਚਾ ਲਾਇਆ ਸੀ ਫਤਿਹ ਹੋ ਗਿਆ। ਫਕੀਰ ਜਿਹੜੇ ਹੁੰਦੇ ਬੜੀ ਦੂਰ ਦੀ ਗੱਲ ਕਰ ਜਾਂਦੇ, ਸੱਚੀ ਮੁੱਚੀ ਕਿਸੇ ਭੇਸ ਨਾਲ ਬੱਝਾ ਹੋਇਆ ਰੱਬ ਨਹੀਂ। ਨਮੋ ਸਰਬ ਦੇਸੇ, ਉੱਚੀ ਬੋਲੋ, ਨਮੋ ਸਰਬ ਦੇਸੇ, ਨਮੋ ਸਰਬ ਭੇਸ, ਸਾਰੇ ਦੇਸਾਂ ਵਿੱਚ ਵੀ ਤੂੰ ਹੀ ਹੈ, ਸਾਰਿਆਂ ਭੇਸਾਂ ਵਿੱਚ ਵੀ ਤੂੰ ਹੀ। ਕਹਿੰਦਾ ਮੋਰਚਾ ਫਤਿਹ ਕਰ ਲਿਆ, ਪਹਿਲਾਂ ਤਾਂ ਅਸੀਂ ਭੱਜਣ ਦੀ ਕੋਸ਼ਿਸ਼ ਕਰਦੇ ਸਾਂ ਉਹਦੇ ਕੋਲੋਂ, ਫਿਰ ਕੁਦਰਤ ਨੇ ਮਿਹਰਬਾਨੀ ਕੀਤੀ, ਅੱਖਾਂ 'ਚ ਅੱਖਾਂ ਪਈਆਂ ਅਤੇ ਤੁਹਾਡੇ ਚੌਂਕੀਦਾਰ ਨੇ ਕਿਹਾ ਕਰ ਲਿਆ ਹੈ ਫਤਿਹ। ਅਤੇ ਤੁਸੀਂ ਕਹੋਗੇ ਬਿੱਲ 'ਤੇ ਵਾਪਸ ਨਹੀਂ ਹੋਏ, ਅੱਖ ਹੋਏ ਗੁਰੂ ਕਹੋਗੇ ਨਾ ਵੀ ਬਿੱਲ 'ਤੇ ਵਾਪਸ ਕਰਾਉਣ ਗਏ, ਮੋਰਚਾ ਕਿਸ ਤਰ੍ਹਾਂ ਫਤਿਹ ਹੋ ਗਿਆ। ਕਹਿੰਦਾ ਕਿਸ ਤਰ੍ਹਾਂ ਫਤਿਹ ਹੋ ਗਿਆ। ਦਾਸ ਨੇ ਬੇਨਤੀ ਕੀਤੀ, ਜੋ ਅੱਜ ਤੋਂ 550 ਸਾਲ ਪਹਿਲਾਂ ਮੇਰੇ ਗੁਰੂ ਨਾਨਕ ਨੇ ਕਿਹਾ ਸੀ ਸਾਰੀ ਮਨੁੱਖਤਾ ਇੱਕ ਆ, ਅੱਜ ਇਸ ਮੋਰਚੇ ਨੇ ਸਾਰੀ ਮਨੁੱਖਤਾ ਨੂੰ, ਬੋਲੋ ਨਾ ਜੀ ਗੁਰੂ ਕਿਸ, ਕਿਤੇ ਜੱਫੀਆਂ ਪੈਂਦੀਆਂ ਵੇਖੋ ਮੋਰਚੇ 'ਤੇ ਜਾ ਕੇ, ਕਿਤੇ ਪਿਆਰ ਹੁੰਦਾ ਵੇਖੋ ਮੋਰਚੇ 'ਤੇ ਜਾ ਕੇ। ਜਿਹੜਾ ਕਿਸੇ ਨੂੰ ਨਹੀਂ ਵੀ ਨਾ ਜਾਣਦਾ, ਦੂਰੋਂ ਭੱਜ ਕੇ ਆਣ ਕੇ ਗਲਵੱਕੜੀ ਪਾਉਂਦਾ ਹੈ। ਸਿੱਖਾ, ਜਿੱਦਣ ਮਨੁੱਖਤਾ ਇੱਕ ਹੋ ਗਈ ਨਾ, ਇਹ ਤਾਂ ਰਾਜਾ ਕੁਛ ਵੀ ਨਹੀਂ। ਆਖੋ ਵਾਹਿਗੁਰੂ, ਇਹ ਰਾਜਾ ਤੇ ਇਹ ਭੂਪਤ ਸਭ ਦਿਵਸ ਚਾਰ ਕੇ, ਬੋਲੋ ਇਹ ਭੂਪਤ, ਖੁੱਲ ਕੇ ਨਹੀਂ ਬੋਲੋ, ਬਾਣੀ ਆ ਬਾਬੇ ਦੀ, ਕਹੂ ਹਰ ਸਮਾਨ ਨਹੀਂ ਰਾਜਾ, ਬੋਲੋ ਕਹੂ, ਕਹੂ ਹਰ ਸਮਾਨ ਨਹੀਂ ਰਾਜਾ, ਕਹੂ ਇਹ ਰਾਜੇ ਜਿਹੜੇ 4 ਦਿਨ ਦੇ ਬੈਠੇ ਨੇ ਹੇਰਾ ਫੇਰੀ ਕਰਕੇ ਤਖਤਾਂ ਦੇ ਮੱਲ ਕੇ ਬੈਠੇ, ਇਹ ਭੂਪਤ ਸਭ ਦਿਵਸ ਚਾਰ ਕੇ, ਕਿੰਨੇ ਕੁ ਦਿਨ ਦੇ ਨੇ, ਅਤੇ 24 ਤੇ ਆਉਣ ਵਾਲੀ ਹੈ, ਇਹ ਰਾਜ ਕਿਤੇ ਪੱਕਾ ਥੋੜ੍ਹਾ ਹੈ। ਆ ਤੁਹਾਡਾ ਬਾਪੂ ਸਦੈਵੰਗ ਪ੍ਰਧਾਨ ਆ, ਸਦੈਵੰਗ ਪ੍ਰਧਾਨ ਆ, ਇਹ ਸਦਾ ਲਈ ਪ੍ਰਧਾਨ ਮੰਤਰੀ ਹੈ ਸ੍ਰਿਸ਼ਟੀ ਦਾ, ਮੇਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ, ਇਹਦੀਆਂ ਵੋਟਾਂ ਨਹੀਂ ਪੈਣੀਆਂ, ਇਹਨੂੰ ਕਿਸੇ ਨੇ ਚੁਣਿਆ ਨਹੀਂ, ਥਾਪਿਆ ਨਾ ਜਾਏ, ਇਹ ਆਪੇ ਆਪ, ਇਹ ਰਾਜਮ ਪ੍ਰਭਾ ਹੈ ਕਿ ਧਰਮੰ ਤੁਜਾ ਹੈ, ਇਹ ਰਾਜਿਆਂ ਦੀ ਵੀ ਸ਼ਾਨ ਆ, ਇਹ ਧਰਮ ਦਾ ਨਿਸ਼ਾਨ ਆ, ਮੇਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ। ਇਹਦੇ ਸਾਹਮਣੇ ਉਹ ਰਾਜੇ ਕੀ, ਜਿੱਦਣ ਕਦੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨਾਲ ਆਪ ਜੀ ਜੁੜ ਜੋਗੇ ਅਤੇ ਗੁਰੂ ਕੇ ਸਿੱਖੋ, ਉੱਥੇ ਸਾਰੀ ਮਨੁੱਖਤਾ ਇੱਕ ਹੋ ਗਈ, ਸਾਰੀ ਮਨੁੱਖਤਾ। ਫਿਰ ਉਹਨੂੰ ਜਦੋਂ ਕਿਹਾ ਸਾਰੀ ਮਨੁੱਖਤਾ ਇੱਕ ਹੋ ਗਈ, ਤਾਂ ਕਹਿੰਦਾ ਹਾਂ ਗੱਲ ਤਾਂ ਠੀਕ ਹੈ, ਅੱਗੇ ਅੱਗੇ
ਮੈਂ ਕਿਹਾ ਅੱਗੇ ਕੀ ਅੱਗੇ ਵਾਲਾ ਜਾਣੇ, ਖੁਸ਼ ਹੋ ਗਿਆ। ਕਹਿੰਦਾ ਜਾਓ ਸਰਦਾਰੋ, ਪਰਮੇਸ਼ੁਰ ਕਿਰਪਾ ਕਰੇਗਾ, ਹਮਾਰੀ ਦੁਆਏ ਹੈ ਆਪਕੇ ਸਾਥ, ਅਤੇ ਸ੍ਰਿਸ਼ਟੀ 'ਤੇ ਰਾਜ ਕਰਨ ਵਾਲੇ ਹੋ ਤੁਸੀਂ, ਗੁਰੂ ਕੇ ਸਿੱਖੋ। ਅੱਜ ਜਾਂਦਾ ਜਾਂਦਾ 2 ਮਿੰਟ ਬਾਕੀ ਨੇ, ਮੈਸੇਜ ਲੈ ਲਓ, ਗੁਰੂ ਕਾ ਸਿੱਖ ਸ਼ਰਾਬ ਨਾ ਪੀਵੇ। ਕੀ ਕਿਹਾ ਮੈਂ ਬੋਲੋ? ਤੁਸੀਂ ਉਹ ਕਹਿ ਰਹੇ ਹੋ ਜਿਹੜੇ ਪੀਂਦੇ ਨਹੀਂ, ਕੋਈ ਦੂਰੋਂ ਨੇੜਿਓ ਇਹੋ ਜਿਹਾ ਕਿਹੜਾ ਵੀ ਮੈਨੂੰ ਦੱਸੇ ਜਿਹੜਾ ਪੀਂਦਾ ਹੈ ਅਤੇ ਆਖੇ ਮੈਂ ਅੱਜ ਤੋਂ ਬੋਲੋ, ਉੱਚੀ ਜੇ ਬੋਲੋ, ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਂਦਾ, ਮੈਂ ਅੱਜ ਤੋਂ ਬਾਅਦ ਦਾੜਾ ਨਹੀਂ ਕੱਟਦਾ, ਮੈਨੂੰ ਪਤਾ ਲੱਗ ਗਿਆ ਹੈ ਅਬ ਕਲੂ ਆਇਓ ਰੇ ਇੱਕ ਨਾਮ ਅਨ ਰੁੱਤ ਨਾਹੀ ਨਾਹੀ, ਜਿਹੜੇ ਇਸ ਰੁੱਤ ਵਿੱਚ ਨਾ ਖਿੜੇ ਉਹ ਕਦੀ ਨਾ ਖਿੜੇ। ਕੀ ਕਿਹਾ? ਜਿਹੜੇ ਜਾਓ ਨਾ ਇੱਕ ਵਾਰ ਜ਼ਰੂਰ ਜਾਇਓ, ਜਾਂਦੇ ਹੋ ਕਿ ਨਹੀਂ, ਚੱਕਰ ਮਾਰ ਆਇਓ ਕਿ ਨਹੀਂ ਬਾਰਡਰ 'ਤੇ, ਅੱਖ ਵਾਹਿਗੁਰੂ ਜਾਓ ਇੱਕ ਵਾਰ, ਹਰ ਭਰਾ ਹਰ ਭੈਣ ਉੱਥੇ ਹਾਜ਼ਰੀ ਲਾ ਕੇ ਆਓ, ਇੱਕ ਇੱਕ ਚੌਪਈ ਸਾਹਿਬ ਦਾ ਪਾਠ ਕਰਕੇ ਆਓ, ਤੁਹਾਡੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਬਖਸ਼ਣਗੇ, ਤੁਹਾਨੂੰ ਲਿਖ ਕੇ ਦੇ ਗਿਆ ਆਪਣੀ ਕਲਮਨਾ, ਇਨ ਗਰੀਬ ਸਿੱਖਣ ਕੋ ਦੇਊਂ ਬਾਦਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਜਾਂ ਕਿ ਜਾਤ ਵਰਨ ਕੁਲ ਮਾਈ, ਸਰਦਾਰੀ ਨਾ ਭਈ ਕਨਾਈ, ਤਿੰਨੀ ਕੋ ਸਰਦਾਰ ਬਣਾਉਂ, ਤਬੇ ਗੋਬਿੰਦ ਸਿੰਘ ਨਾਮ ਕਹਾਉਂ। ਤੁਹਾਡੇ ਬਾਪ ਦਾ ਤੁਹਾਡੇ ਨਾਲ ਬਚਨ ਹੈ, ਅਤੇ ਗੁਰ ਕਾ ਬਚਨ ਨਾ ਮੇਟੇ ਕੋਏ, ਕਲਯੁਗ ਦਾ ਪ੍ਰਭਾਵ ਗੁਰੂ ਦੇ ਬਚਨ ਨੂੰ ਮੇਟ ਨਹੀਂ ਸਕਦਾ, ਗੁਰ ਕਾ ਬਚਨ ਅਟਲ ਸੰਸਾਰ। ਇੱਕ ਵਾਰ ਬੋਲੋ, ਗੁਰ ਕਾ ਅਤੇ ਗੁਰ ਕੇ ਬਚਨ ਨਾ ਆਵੇ ਹਾਰ, ਗੁਰੂ ਦੇ ਬਚਨ ਨਾਲ ਕਮਾਈ ਨਾਲ ਕਦੀ ਕਿਸੇ ਨੂੰ ਹਾਰ ਨਹੀਂ ਮਿਲਦੀ। ਰੱਬ ਤੁਹਾਨੂੰ ਫਤਿਹ ਜਾਬੀ ਬਖਸ਼ੇ, ਪੰਥ ਦੀ ਚੜ੍ਹਦੀ ਕਲਾ ਹੋਵੇ। ਮੇਰੇ ਤੋਂ ਪਹਿਲੇ ਪ੍ਰਚਾਰਕ ਵੀ ਗੁਰਮੁਖ ਪਿਆਰੇ ਕਹਿ ਕੇ ਗਏ ਵੀ ਪੰਥ ਦੀ ਚੜ੍ਹਦੀ ਕਲਾ, ਤੁਸੀਂ ਸਾਰੇ ਹੱਥ ਜੋੜੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਤੁਸੀਂ ਇੱਕ ਬਚਨ ਕਰ ਗਏ ਸੋ, ਪੰਥ ਖਾਲਸਾ ਖੇਤੀ ਮੇਰੀ, ਪੜ੍ਹਿਆ ਪੰਥ ਖਾਲਸਾ, ਇਹ ਜਿਹੜਾ ਪੰਥ ਖਾਲਸਾ ਇਹ ਕੀ ਹੈ? ਮੇਰੀ ਖੇਤੀ ਆ, ਮੇਰਾ ਖੇਤ ਆ, ਕਰੂੰ ਸੰਭਾਲ ਹਉ ਦਿਸਕੇ ਲਈ, ਕਰੂੰ ਸੰਭਾਲ, ਅਰਥ ਕੀ ਬਣਿਆ ਜੀ ਇਸ ਖੇਤ ਦੀ? ਅਤੇ ਫਿਰ ਜਿੰਨੇ ਮਰਜ਼ੀ ਡੰਗਰ ਪੈ ਜਾਣ, ਡੰਡੇ ਵਾਲਾ ਤਗੜਾ ਹੈ ਸਾਡਾ, ਜਿੰਨੇ ਮਰਜ਼ੀ ਡੰਗਰ ਆਣ ਕੇ ਖੇਤ ਵਿੱਚ ਪੈ ਜਾਣ, ਡੰਡੇ ਵਾਲਾ, ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾ, ਦੂਜਾ ਪਾਓ ਨਾ, ਹੱਕ ਹੱਕ ਆਗਾਹ ਗੁਰ ਏਜ ਦੀ ਮਨਜੂਰ, ਗੁਰ ਗੋਬਿੰਦ ਸਿੰਘ ਨਾਸਰੋ ਮਨਸੂਰ, ਗੁਰ ਗੋਬਿੰਦ ਹੱਕ ਹੱਕ ਆਦੇਸ਼, ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰ ਗੋਬਿੰਦ ਸਿੰਘ ਹੱਕ ਹੱਕ ਆਈਨਾ, ਗੁਰ ਗੋਬਿੰਦ ਸਿੰਘ ਖਾਲਸੋ ਬੇਕੀਨਾ, ਗੁਰ ਗੋਬਿੰਦ ਸਿੰਘ। ਮੇਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਇੱਕ ਧੀ ਦੀ ਝੋਲੀ 'ਚ ਨਿਤਨੇਮ ਪਾਵੇ, ਇੱਕ ਇੱਕ ਸਿੱਖ ਨੂੰ ਮੇਰਾ ਸਤਿਗੁਰੂ ਸਭ ਤੋਂ ਵੱਡੀ ਦੁਨੀਆ ਦੀ ਦਾਤ ਅੰਮ੍ਰਿਤ ਵੇਲਾ 'ਤੇ ਨਿਤਨੇਮ ਝੋਲੀ 'ਚ ਪਾਵੇ ਜੀ, ਭੁੱਲਾਂ ਨਾ ਚਿਤਾਰਿਓ, ਅਸੀਸ ਬਖਸ਼ੋ, ਸਤਿਗੁਰੂ ਕਿਰਪਾ ਕਰੇ। ਕੋਈ ਭੇਟਾ, ਕੋਈ ਭੇਟਾ ਕਿਸੇ ਤਰ੍ਹਾਂ ਦੀ ਸਾਨੂੰ ਆਤਮਾ ਸਾਨੂੰ ਬੇਨਤੀ ਹੈ ਨਹੀਂ ਦੇਣੀ, ਕਿਉਂ? ਇਹ ਤੁਹਾਡੇ ਅਤੇ ਮੇਰੇ ਘਰ ਦਾ ਕਾਰਜ ਹੈ। ਬਾਬਾ ਸ਼ਿੰਦਰ ਸਿੰਘ ਜੀ ਇੰਨੇ ਵਿਦਿਆਰਥੀ ਪੈਦਾ ਕਰ ਰਹੇ ਨੇ, ਅਮਰੀਕਾ ਕੈਨੇਡਾ ਤੱਕ ਇਸ ਗੱਲ ਦੀ ਚਰਚਾ ਹੋ ਰਹੀ ਹੈ ਵੀ ਉਸ ਸਥਾਨ ਤੋਂ ਬੜੇ ਬੜੇ ਚੰਗੇ ਗੁਰਮੁਖ ਕਥਾ ਵੱਜ ਕੇ ਢਾਡੀ ਸਾਹਿਬ ਆ ਰਹੇ ਨੇ। ਆਪਾਂ ਇੱਕ ਇੱਕ ਪੈਸਾ ਪਾ ਕੇ ਇਸ ਬੂਟੇ ਨੂੰ ਹੋਰ ਪ੍ਰਫੁੱਲਿਤ ਕਰੀਏ ਜੀ, ਭੁੱਲਾਂ ਨਾ ਚਿਤਾਰਿਓ,
ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।